ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨ ਨੀ ਚਾਹ ਪਿਆਵਾਂ ਕਾਲਜ ਦੇ ਵਿੱਚ ਟੌਰ ਕੱਢ ਕੇ ਆਇਆ ਹਰ ਇੱਕ ਨਿਆਣਾ ਕਾਲਜ ਦੇ ਵਿੱਚ ਟੌਰ ਕੱਢ ਕੇ ਆਇਆ ਹਰ ਇੱਕ ਨਿਆਣਾ ਰੰਗ ਬਰੰਗੀਆਂ ਪੱਗਾਂ ਦੇ ਨਾਲ ਰੰਗਿਆ ਫਿਰੇ ਸਮਾਣਾ ਯਾਰ ਫਿਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਇੱਕ ਵਾਰ ਉੱਧਰ ਕੰਟੀਨੀ ਅੱਜ ਅਸੀਂ ਆ ਗਏ ਜੀ ਸ਼ਹਿਰ ਸਮਾਣਾ ਤੇ ਕਾਲਜ ਬਹੁਤ ਵੱਡਾ ਸ਼ਾਨਦਾਰ ਕੈਂਪਸ ਹੈ ਜੀ ਤੁਸੀਂ ਸਾਰੇ ਵੈਸੇ ਜਾਣਦੇ ਹੋਵੋਗੇ ਪਬਲਿਕ ਕਾਲਜ ਸਮਾਣਾ ਜ਼ੋਰਦਾਰ ਤਾੜੀਆਂ ਭਾਈ ਆਪਣੇ ਨਾਲ ਆਓ 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 ਤੁਸੀਂ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਰੀਆ ਰੀਆ ਹਾਂਜੀ ਰੀਆ ਹਾਂਜੀ ਅੱਛਾ ਅਭੀ ਤੱਕ ਯਹਾਂ ਕਿਆ ਕੀਆ ਪੜ੍ਹਾਈ ਅੱਛਾ ਪੜ੍ਹਾਈ ਕੀ ਕਿਹੜੇ ਸਬਜੈਕਟ ਨੇ ਤੁਹਾਡੇ ਕੋਲ ਮੈਥਸ ਕੰਪਿਊਟਰ ਇੰਗਲਿਸ਼ ਅੱਛਾ ਅੰਗਰੇਜ਼ੀ ਹਾਂਜੀ ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ ਇੰਗਲਿਸ਼ ਇੰਗਲਿਸ਼ ਪਰਿਵਾਰ 'ਚ ਕੌਣ ਕੌਣ ਮੰਮੀ ਪਾਪਾ ਬ੍ਰਦਰ ਦਾਦਾ ਦਾਦੀ ਦਾਦਾ ਦਾਦੀ ਵਧੀਆ ਕਿਹੜੇ ਵਧੀਆ ਦਾਦਾ ਦਾਦੀ ਨੇ ਕਿ ਮੰਮੀ ਡੈਡੀ ਦਾਦਾ ਦਾਦੀ ਦਾਦਾ ਦਾਦੀ ਅੱਛਾ ਜਿਹਨਾਂ ਨੇ ਜੰਮਿਆ ਉਹ ਨਹੀਂ ਵਧੀਆ ਉਹ ਡਾਂਟਦੇ ਨੇ ਅੱਛਾ 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 ਉਹ ਡਾਂਟਦੇ ਨੇ ਹਾਂਜੀ ਓਕੇ ਅੱਛਾ ਹੁਣ ਜੇ ਮੰਮੀ ਡੈਡੀ ਨਾਲੋਂ ਵਧੀਆ ਦਾਦਾ ਦਾਦੀ ਹੁਣ ਦਾਦਾ ਦਾਦੀ ਨਾਲੋਂ ਕਿਹੜਾ ਵਧੀਆ ਹੁਣ ਇਹ ਨਾ ਕਹਿ ਦੀ ਗੁਆਂਢੀਆਂ ਨੇ ਦਾਦਾ ਦਾਦੀ ਨਾ ਨਾ ਓਕੇ ਓਕੇ ਦਾਦਾ ਜੀ ਦਾ ਕੀ ਨਾਮ ਹੈ ਸੁਭਾਸ਼ ਚੰਦਰ ਸੁਭਾਸ਼ ਚੰਦਰ ਜੀ ਹਾਂਜੀ ਦਾਦੀ ਜੀ ਦਾ ਕੀ ਨਾਮ ਹੈ ਮਧੂਬਾਲਾ ਮਧੂਬਾਲਾ ਬਹੁਤ ਪਿਆਰੇ ਪਿਆਰੇ ਨਾਂ ਰੱਖੇ ਨੇ ਜੀ ਹਾਂਜੀ ਹਾਂਜੀ ਤੂੰ ਥੋੜੀ ਰੱਖੇ ਨੇ ਅੱਛਾ ਕੀ ਸ਼ੌਂਕ ਹੈ ਗਾਣਾ ਗਾਉਂਦਾ ਗਾ ਗਾ ਚਲੋ ਗਾਣਾ ਗਾਓ ਗਾਣਾ ਗਾਓ ਮੈਂ ਜਦੋਂ ਤੇਰੇ ਖਾਬਾਂ ਦੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੇਰੇ ਤੇ ਜਾਵੇ ਮੁੜਿਆ ਭਜੀ ਵੀ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਨਵਾਂ ਉਹਨਾਂ ਵਾਂਗ ਤੇਰੇ ਨਾਲ ਜੁੜਿਆ ਥੈਂਕ ਯੂ ਸੋ ਮਚ ਜੀ ਬਾਬੇ ਤੁਹਾਨੂੰ ਤਰੱਕੀ ਦੇਵੇ ਤੁਹਾਡੇ ਦਾਦਾ ਦਾਦੀ ਸਾਰੇ ਖੁਸ਼ ਰਹਿਣ ਹਾਂਜੀ ਥੈਂਕ ਯੂ ਬਾਬਾ ਜੀ ਮਾਈਕ ਤੇ ਦੇ ਦੋ ਦੇਖ ਹੈ ਹੱਥ ਹੈ ਜਿਹਾ ਜਿਵੇਂ ਵਿਪਾਸ਼ਾ ਬਸ ਨਹੀਂ ਹੁੰਦੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੋਨੀ ਮਾਨ ਹੈ ਜੀ ਸੋਨੀ ਮਾਨ ਸੋਨੀ ਮਾਨ ਹਾਂਜੀ ਗੱਲਾਂ ਉੱਤੇ ਲਾਲੀ ਨੈਚੁਰਲ ਨਹੀਂ ਨੈਚੁਰਲ ਗੱਲਾਂ ਉੱਤੇ ਲਾਲੀ ਨੈਚੁਰਲ ਨਹੀਂ ਜਾਲੀ ਪਰ ਨਹੀਂ ਸੋਹਣੀ ਲੱਗਦੀ ਜੀ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਤੇ ਬਹੁਤ ਵਧੀਆ ਡਰੈਸ ਸੋਹਣੀ ਹੈ ਮੇਰੀ ਹਾਂ ਡਰੈਸ ਬਹੁਤ ਸੋਹਣੀ ਥੈਂਕ ਯੂ ਜੀ ਥੈਂਕ ਯੂ ਹਾਂਜੀ 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 ਕਿਰਾਏ ਤੇ ਨਹੀਂ ਜੀ ਆਪਣੀ ਹੈ ਅੱਛਾ ਅੱਛਾ ਬਹੁਤ 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 ਵਧੀਆ ਜੀ ਕੀ ਸ਼ੌਂਕ ਨੇ ਜੀ ਹੌਬੀਜ਼ ਮੈਂ ਸਿੰਗਰ ਆ ਜੀ ਪ੍ਰੋਫੈਸ਼ਨਲ ਕੀ ਬਾਤ ਹੈ ਕੀ ਬਾਤ ਹੈ ਮੇਰਾ ਟਰੈਕ ਵੀ ਆ ਚੁੱਕਿਆ ਮੇਰਾ ਸਰਦਾਰ ਅੱਛਾ ਜੀ ਅੱਛਾ ਜੀ ਕਿੱਥੇ ਜੀ ਮੇਰਾ ਸਰਦਾਰ ਮੈਂ ਗਾਉਂਗੀ ਜੀ ਅੱਛਾ ਅੱਛਾ YouTube ਤੇ ਵੀ ਆ ਗਏ ਗਾਓ ਗਾਓ ਅੱਛਾ YouTube ਤੇ ਤੁਹਾਡਾ ਸਰਦਾਰ ਓਕੇ 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 ਉੱਥੇ ਕੀ ਕਰਦਾ ਜੀ ਪਤਾ ਨਹੀਂ ਅੱਛਾ ਚਲੋ ਸੁਣਾਓ ਜੀ ਸੁਣਾਓ ਜੋ ਵੀ ਕਰਦਾ ਉਹ ਮੂਡ ਤੇ ਡਿਪੈਂਡ ਕਰਦਾ ਹਾਂ ਗੱਲਬਾਤ ਸਿਰਾ ਜੱਟ ਐਂਡ ਕਰਦਾ ਜੋ ਵੀ ਕਰਦਾ ਉਹ ਮੂਡ ਤੇ ਡਿਪੈਂਡ ਕਰਦਾ ਗੱਲਬਾਤ ਸਿਰਾ ਜੱਟ ਐਂਡ ਕਰਦਾ ਨਸ਼ਿਆਂ ਤੋਂ ਦੂਰ ਜਿੰਮ ਦਾ ਸ਼ੁਕੀਨ ਆ ਨਸ਼ਿਆਂ ਤੋਂ ਦੂਰ ਜਿੰਮ ਦਾ ਸ਼ੁਕੀਨ ਆ ਚੋਪਰਾ ਚ ਵੱਖਰੀ ਉਹ ਲੁੱਕ ਰੱਖਦਾ ਚਿਹਰੇ ਤੇ ਸਮਾਈਲ ਚਿਹਰੇ ਤੇ ਸਮਾਈਲ ਚਿਹਰੇ ਤੇ ਮੈਂ ਘਰੇ ਵੀ ਜਾਣਾ ਕਾੜੀ ਮੁੱਛ ਰੱਖਦਾ ਮੇਰਾ ਸਰਦਾਰ ਪੂਰੀ ਠੁੱਕ ਰੱਖਦਾ ਚਿਹਰੇ ਤੇ ਸਮਾਈਲ ਕੁੰਡੀ ਮੁੱਛ ਰੱਖਦਾ ਮੇਰਾ ਸਰਦਾਰ ਪੂਰੀ ਠੁੱਕ ਰੱਖਦਾ ਮੇਰਾ ਸਰਦਾਰ ਪੂਰੀ ਠੁੱਕ ਰੱਖਦਾ ਮੇਰਾ ਸਰਦਾਰ ਪੂਰੀ ਠੁੱਕ ਰੱਖਦਾ ਥੈਂਕ ਯੂ ਸੋ ਮਚ ਬਾਬੇ ਤੁਹਾਨੂੰ ਤਰੱਕੀ ਦੇਣ ਬਹੁਤ ਸੋਹਣੀ ਆਵਾਜ਼ ਸੀ ਥੈਂਕ ਯੂ ਤੁਸੀਂ ਜ਼ਰੂਰ ਜਿਹੜਾ ਵੀ ਤੁਹਾਡਾ ਏਮ ਹੈ ਤੁਸੀਂ ਉਸ ਤੱਕ ਪਹੁੰਚੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਬਹੁਤ ਸੋਹਣੀ ਆਵਾਜ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਪੱਗ ਜੀ ਥੈਂਕ ਯੂ ਵੀਰੇ ਤੁਹਾਡਾ ਬਲਜਿੰਦਰ ਸਿੰਘ ਵੀਰੇ ਬਲਜਿੰਦਰ ਸਿੰਘ ਕਿਹੜਾ ਈਅਰ ਹੈ ਜੀ ਇੱਥੇ ਮੇਰਾ ਜੀ ਵੀਰੇ ਪਤਨਾ ਨਹੀਂ ਨਹੀਂ ਈਅਰ ਪੁੱਛਿਆ ਈਅਰ ਸਾ ਮੈਂ ਕਿਹਾ ਕਿਹੜਾ ਈਅਰ ਹੈ ਕਹਿੰਦਾ ਪਤਨਾ ਮੈਂ ਜੇ ਪੁੱਛਦਾ ਵੀ ਕਿਹੜਾ ਏਰੀਆ ਨੇ ਕਹਿੰਦਾ ਜੀ ਸੈਕਿੰਡ
ਕਿਹੜਾ ਈਅਰ ਫਸਟ ਫਸਟ ਵੀਰੇ ਪਹਿਲਾ ਸਾਲ ਹਾਂਜੀ ਵੀਰੇ ਕਿਹੜੇ ਸਬਜੈਕਟ ਨੇ ਜੀ ਮੇਰੇ ਵੀਰੇ ਹਿਸਟਰੀ ਮਿਊਜ਼ਿਕ ਵੋਕਲ ਤੇ ਪੰਜਾਬੀ ਲਿਟਰੇਚਰ ਇੱਕ ਮਿੰਟ ਹੋਲਡ ਕਰ ਹਾਂਜੀ ਬਾਬੀ ਸਾਰਾ ਪਿੰਡ ਬੈਠਾ ਤੂੰ ਕੱਲੇ ਨੱਚੀ ਕੈਮਰੇ ਦੇ ਮੂਹਰੋਂ ਲੰਘ ਗਿਆ ਬੇਨਤੀ ਹੋਈ ਹੈ ਨਾ ਔਖਾ ਮੈਨੂੰ ਪਤਾ ਬਹਿਣਾ ਪੈਂਟ ਟੈਟ ਹੈ ਪਰ ਕੋਈ ਨਹੀਂ ਬਹਿਣਾ ਹੀ ਪੈਣਾ ਹੈ ਨਾ ਹਾਂਜੀ ਪਿਆਰ ਨਾਲ ਮਿਊਜ਼ਿਕ ਵੋਕਲ ਰੱਖੇ ਹੋਏ ਨੇ ਹਾਂਜੀ ਤੇ ਬਹੁਤ ਵਧੀਆ ਫਿਰ ਤਾਂ ਸੁਣਾਓ ਤੁਸੀਂ ਵੀ ਜੀ ਸਾਹ ਵਿੱਚ ਕੁੜੀਏ ਸਾਹ ਤੂੰ ਤਾਂ ਲੈਂਦੀ ਸੀ ਐਡੀ ਕੀ ਗਲਤੀ ਹੋ ਗਈ ਨਫ਼ਰਤ ਕਿਉਂ ਮੈਥੋਂ ਹੋ ਗਈ ਦੱਸ ਜਾ ਨੀ ਦੱਸ ਜਾ ਕੁੜੀਏ ਜਵਾਬ ਗਲਦਾ ਨੀ ਥੈਂਕ ਯੂ ਮੇਰਾ ਵੀਰ ਕੀ ਨਾਂ ਹੈ ਤੁਹਾਡਾ ਸੁਰਿੰਦਰ ਰਾਮ ਜੀ ਸੁਰਿੰਦਰ ਰਾਮ ਜੀ ਡਫਲੀ ਡਫਲੀ ਸਰ ਮੈਂ ਗੁਰਦਾਸ ਮਾਨ ਜੀ ਦਾ ਬਹੁਤ ਵੱਡਾ ਫੈਨ ਹੈ ਜੀ ਸਾਰੀ ਸਾਰੀ ਦੁਨੀਆ ਫੈਨ ਹੈ ਜੀ ਬਾਬਾ ਜੀ ਤੇ ਬਾਬਾ ਯਮਲਾ ਜੀ ਨੂੰ ਗਾਉਣਾ ਜੀ ਓਕੇ ਜੀ ਕਰੋ ਜੀ ਪੇਸ਼ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਹੋ ਉੱਡੀ ਜਾਵੇ ਨੂਰ ਵੇ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਉੱਡੀ ਜਾਵੇ ਨੂਰ ਵੇ ਉੱਡਣਾ ਤੇਰੇ ਪਿਆਰ ਮੈਨੂੰ ਜਿੱਤਾ ਮਜ਼ਬੂਰ ਵੇ ਜਵਾਨੀ ਮੇਰੀ ਰੰਗਲੀ ਆਏ ਹਾਏ ਸਮਾਣੇ ਵਾਲਿਓ ਉਹ ਕੋਈ ਲਵਾਂ ਗੁੱਗੂ ਕਾਇਆ ਖਾਇਆ ਜਾ ਮੇਰੇ ਹਾਨੀਆਂ ਮੇਰੇ ਹਾਣੀਆਂ ਕੋਈ ਲਵਾਂ ਗੁੱਕੂ ਕਾਇਆ ਖਾਇਆ ਜਾ ਮੇਰੇ ਹਾਣੀਆਂ ਐਡੀਆਂ ਜੁਦਾਈਆਂ ਮੈਥੋਂ ਸਈਆਂ ਨਹੀਂ ਹੋ ਜਾਣੀ ਅੰਗ ਅੰਗ ਤੋੜ ਮੇਰਾ ਕੀਤਾ ਦੁੱਖਾਂ ਚੂਰ ਵੇ ਉਹ ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜ਼ਬੂਰ ਵੇ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਬਾਬਾ ਜੀ ਛਾ ਗਏ ਜੀ ਛਾ ਗਏ ਬਾਬਾ ਜੀ ਥੈਂਕ ਯੂ ਸੋ ਮਚ ਬਹੁਤ ਗਲਾ ਤੁਹਾਡੇ ਸਾਰਿਆਂ ਦੀ ਬਹੁਤ ਗਲਾ ਬਾਈ ਜੀ ਜ਼ੋਰਦਾਰ ਤਾੜੀਆਂ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਲਵਪ੍ਰੀਤ ਕੌਰ ਹਾਂਜੀ ਇੱਥੇ ਕਿਹੜਾ ਈਅਰ ਹੈ ਜੀ ਮੇਰਾ ਲਾਸਟ ਈਅਰ ਹੈ ਐਮਏ ਸੈਕੰਡ ਕਰ ਰਹੀ ਹਾਂ ਮੈਂ ਪੰਜਾਬੀ ਦੀ ਐਮਏ ਸੈਕੰਡ ਪੰਜਾਬੀ ਹਾਂਜੀ ਕਿੱਦਾਂ ਰਿਹਾ ਜੀ ਹੁਣ ਤੱਕ ਸਫ਼ਰ ਬੜਾ ਵਧੀਆ ਰਿਹਾ ਜੀ ਘਰ 'ਚ ਕੌਣ ਜੀ ਮੰਮੀ ਪਾਪਾ ਦਾਦੀ ਐਂਡ ਬ੍ਰਦਰ ਓਕੇ ਜੀ ਹਾਂਜੀ ਘਰ 'ਚ ਕਿਹਦੀ ਚੱਲਦੀ ਹੈ ਘਰ 'ਚ ਮੰਮਾ ਪਾਪਾ ਦੀ ਦਾਦੀ ਦੀ ਓਕੇ ਹਾਂਜੀ ਸਾਰਿਆਂ ਦੀ ਜਲਦੀ ਮਤਲਬ ਹਾਂਜੀ ਸਾਰਿਆਂ ਸਭ ਤੋਂ ਵਧੀਆ ਟੀਚਰ ਕਿਹੜੇ ਸਭ ਤੋਂ ਵਧੀਆ ਟੀਚਰ ਮੇਰੇ ਫੇਵਰੇਟ ਟੀਚਰ ਸ਼ਮਸ਼ੇਰ ਸਰ ਨੇ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਅੱਛਾ ਸਰ ਕਿਸੇ ਨੂੰ ਡਾਂਟ ਰਹੇ ਸੀ ਵੀ ਤੂੰ ਖੜਾ ਰਹਿ ਜੋ ਸਰ ਦਾ ਨਾਲ ਸਰ ਖੁਸ਼ ਹੋ ਗਈ ਹਾਂ ਵੈਸੇ ਜਿਹੜੇ ਸਾਰਿਆਂ ਲਈ ਜਿਉਂਦੇ ਨੇ ਉਹ ਵੀ ਨਹੀਂ ਮਰਦੇ ਹਰਪ੍ਰੀਤ ਬਿੱਲਾ ਹਰਪ੍ਰੀਤ ਬਿੱਲਾ ਹਨਾ ਜੀ ਪੱਗ ਦਾ ਰੰਗ ਬਹੁਤ ਸੋਹਣਾ ਥੈਂਕ ਯੂ ਸੋ ਮਚ ਵੀ ਰਹੇ ਹੋ ਥੈਂਕ ਯੂ ਸੋ ਮਚ ਹਾਂਜੀ ਬਾਬਾ ਜੀ ਲੈਂਸ ਪਾਇਆ ਕਿ ਨੈਚੁਰਲ ਜੀ ਇਹ ਹੀ ਮਾਤਾ ਮੇਰੀ ਨੇ ਸੁੱਖਿਆ ਸੀਗਾ ਮਾਂ ਮੇਰੀ ਨੇ ਵੀ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਅੱਖਾਂ ਬਿੱਲੀ ਆਉਣੀਆਂ ਚਾਹੀਦੀਆਂ ਨੇ ਮੈਂ ਸਾਰਾ ਕ੍ਰੈਡਿਟ ਫਿਰ ਮਾਤਾ ਨੂੰ ਨਾ ਦੇ ਡੈਡੀ ਵੱਲ ਵੀ ਦੇ ਕ੍ਰੈਡਿਟ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਬਰਾਬਰ ਦਾ ਹੈ ਹਾਂ ਬਰਾਬਰ ਦਾ ਕ੍ਰੈਡਿਟ ਚਲੋ ਬਹੁਤ ਵਧੀਆ ਜੀ ਮਾਂ ਦੀ ਤਾਂ ਰੱਬ ਸੁਣਦਾ ਹੀ ਸੁਣਦਾ ਤੇ ਬਹੁਤ ਵਧੀਆ ਹੋਰ ਨਮਿਤਾ ਜੀ ਗਾਣਾ ਸੁਣਾਵਾਂਗੇ ਆਪਣਾ ਲਿਖਿਆ ਹੋਇਆ ਗਾਣਾ ਸੁਣਾਵਾਂਗੇ ਠੀਕ ਹੈ ਸ਼ੁਕਰ ਹੈ ਇਹ ਸੁੱਖਿਆ ਵੀ ਮੁੰਡਾ ਹੋਵੇ ਜਾਂ ਕੁੜੀ ਹੋਵੇ ਹਨਾ ਜੇ ਇਹ ਨਾ ਕਹਿੰਦੇ ਵੀ ਕਿਤੇ ਬਿੱਲੀ ਨਾ ਹੋ ਜਾਂਦੀ ਪਰ ਚਲੋ ਸੁਣਾਓ ਜੀ ਗਾਣਾ ਹਾਂਜੀ ਆਪਣਾ ਲਿਖਿਆ ਹੋਇਆ ਸੁਣਾਵਾਂਗਾ ਹਾਂਜੀ ਹੁੱਕਾ ਦੀ ਚੜੀ ਜਵਾਨੀ ਓਏ ਨਾ ਤੈਨੂੰ ਅਕਲ ਦਵਾਨੀ ਓਏ ਹੁੱਕਾ ਦੀ ਚੜੀ ਜਵਾਨੀ ਓਏ ਨਾ ਤੈਨੂੰ ਅਕਲ ਦਵਾਨੀ ਓਏ ਹੋ ਕੰਨੀ ਮੁੰਦਰ ਪਾਲੀ ਹੋ ਕਾਲੀ ਐਨਕ ਲਾਲੀ ਉਹ ਬੁਲਟ ਦੇ ਵਿੱਚ ਤੇਲ ਪਵਾ ਕੇ ਕੁੜੀਆਂ ਪਿੱਛੇ ਗੇੜੀ ਲਾ ਲਈ ਉਹ ਜਦ ਭੈਣ ਤੇਰੀ ਕੋਈ ਛੇੜੇ ਤੈਨੂੰ ਕਿਉਂ ਪਰੇਸ਼ਾਨੀ ਹੋਏ ਕਦੀ ਚੜੀ ਜਵਾਨੀ ਹੋਏ ਨਾ ਤੈਨੂੰ ਅਕਲ ਦਵਾਨੀ ਹੋਏ ਆਉਣ ਜਿਹੜੀਆਂ ਚੀਕਾਂ ਹੀ ਮਾਰਦੀਆਂ ਇਹਨਾਂ ਬਾਰੇ ਵੀ ਸੁਣ ਲਓ ਦੇਖ ਕੇ ਗੱਲ ਕਰ ਉਹ ਲਾਦੀ ਸਿਰ ਤੋਂ ਚੁੰਨੀ ਉਹ ਛੱਡੀ ਇੱਜ਼ਤ ਸੁਣੀ ਓਏ ਹੁਸਨ ਪੰਜਾਬ ਦਾ ਖਾ ਗਈਆਂ ਇਹ ਸ਼ੀਲਾ ਮੁੰਨੀ
ਓਲਾ ਫੇਰਨ ਲਵਲੀ ਭੁੱਲ ਗਈਆਂ ਮਿੱਟੀ ਮੁਲਤਾਨੀ ਓਏ ਕਾਦੀ ਚੜੀ ਜਵਾਨੀ ਓਏ ਨਾ ਤੈਨੂੰ ਅਕਲ ਦਵਾਨੀ ਓਏ। ਥੈਂਕ ਯੂ ਸੋ ਮਚ ਜੀ, ਬਹੁਤ ਸੋਹਣੀ ਆਵਾਜ਼ ਬਾਬੇ, ਤੁਹਾਨੂੰ ਤਰੱਕੀ ਦੇਣ, ਥੈਂਕ ਯੂ ਸੋ ਮਚ। ਚੜ੍ਹਦੀ ਕਲਾ 'ਚ ਰਹੋ ਜੀ ਬਾਬੇ, ਚੜ੍ਹਦੀ ਕਲਾ 'ਚ ਬਹੁਤ ਸੋਹਣੀ ਪੱਗ ਨਾਲੇ ਮਾਰੇ ਦਾ ਧੰਨਵਾਦ ਕਰਿਆ ਕਰੋ ਜੀ, ਬਲੂੰਗੜਾ ਨਹੀਂ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਸਿਮਰਨਜੀਤ ਸਿੰਘ। ਸਿਮਰਨਜੀਤ ਕਿੱਥੇ ਰਹਿੰਦੇ ਹੋ? ਸਮਾਣੇ ਰਹਿੰਦੇ ਜੀ। ਸਮਾਣੇ, ਕੁੱਟ ਪਈ ਕਦੇ ਘਰਦਿਆਂ ਤੋਂ? ਹਾਂ ਜੀ, ਬੜੀ ਹਰੀ ਬੜੀ ਹਰੀ। ਕਿੱਥੋਂ ਪਈ? ਮੰਮੀ ਤੋਂ, ਡੈਡੀ ਤੋਂ? ਡੈਡੀ ਤੋਂ ਹੀ ਪੈਂਦੀ ਹੈ ਜੀ ਜ਼ਿਆਦਾ। ਡੈਡੀ ਤੋਂ ਕਿਹੜੀ ਕੁੱਟ ਚੇਤਾ ਹੈ? ਚੇਤਾ ਜੀ, ਗੁਆਂਢੀਆਂ ਦਾ ਘਰ ਸੀ, ਮੈਂ ਖੇਡ ਰਿਹਾ ਸੀ ਉੱਥੇ। ਗੁਆਂਢੀਆਂ ਦੇ ਘਰੇ ਤੁਸੀਂ ਖੇਡ ਰਹੇ ਸੀ? ਹਾਂਜੀ। ਰਾਜੇ ਕੀ ਖੇਡ ਰਹੇ ਸੀ? ਬਾਂਦਰ ਕਿੱਲਾ ਖੇਡ ਰਹੇ ਸੀ। ਓਕੇ ਓਕੇ, ਬਾਂਦਰ ਕਿੱਲਾ। ਹਾਂਜੀ ਓਕੇ, ਬਾਂਦਰਾਂ ਦੇ ਫਿਰ ਪੈਂਦੀਆਂ ਰਹਿੰਦੀਆਂ। ਅੱਛਾ, ਬਾਂਦਰ ਕਿੱਲਾ ਖੇਡ ਰਹੇ ਸੀ, ਕੌਣ ਕੌਣ ਸੀ ਨਾਲ ਖੇਡਣ ਚ? ਮੈਂ ਸੀ, ਤਿੰਨ ਚਾਰ ਹੋਰ ਫਰੈਂਡ ਸੀ। ਓਕੇ, ਹੋਰ? ਬਸ ਇਹੀ ਸੀ ਜਿਨ੍ਹਾਂ ਕਰਕੇ ਗੁਆਂਢ ਚ ਗਏ ਸੀ ਉਹ ਸੀ? ਹਾਂਜੀ ਹਾਂ, ਹੈਗੇ ਸੀ। ਕੁੱਟ ਕਦੋਂ ਪਈ ਫਿਰ? ਗੋਟੀ ਪਹਿਲਾਂ ਅੱਧਾ ਘੰਟਾ ਨਿਕਲਿਆ ਜੀ, ਇੱਕ ਆਵਾਜ਼ ਪਈ ਵੀ ਘਰ ਆ ਜਾ ਚੁੱਪ ਚਾਪ। ਡੈਡੀ ਕਹਿੰਦੇ ਬੇਟੇ ਘਰੇ ਆਓ। ਹਾਂਜੀ, ਕੀ ਨਾਂ ਤੁਹਾਡਾ? ਮੇਰਾ ਸਿਮਰਨਜੀਤ ਸਿੰਘ ਜੀ। ਡੈਡੀ ਵਾਂਗੂ ਬੁਲਾਓ ਜਿਵੇਂ ਡੈਡੀ ਨੇ ਬੁਲਾਇਆ। ਉਹ ਸਿਮਰ ਘਰ ਆ ਜਾ ਓਏ। ਅੱਛਾ, ਸਿਮਰ ਨਹੀਂ ਆਇਆ? ਨਾ ਜੀ, ਸਿਮਰ ਨਹੀਂ ਆਇਆ। ਓਕੇ ਓਕੇ, ਸਿਮਰ ਬਾਹਲਾ ਚੰਗਾ ਬੱਚਾ, ਬਹੁਤ ਸਿਆਣੇ ਆ। ਅੱਛਾ ਨਹੀਂ ਆਇਆ, ਫਿਰ ਕਿੰਨੇ ਚਿਰ ਬਾਅਦ ਆਵਾਜ਼ ਪਈ? ਫਿਰ 10 ਮਿੰਟਾਂ ਬਾਅਦ ਫਿਰ ਪੈ ਗਈ। ਓਕੇ, ਉਦੋਂ ਮੰਮੀ ਨੇ ਬੁਲਾਇਆ। ਉਦੋਂ ਮੰਮੀ ਨੇ ਬੁਲਾਇਆ? ਅੱਛਾ, ਕਿੰਨੇ ਚੰਗੇ ਮਾਂ ਪਿਓ ਨੇ, ਬਾਰ ਬਾਰ ਬੁਲਾਉਂਦੇ ਨੇ, ਹੁਣ ਤੂੰ ਬੁਲਾ ਲਓ। ਅੱਛਾ, ਮੰਮੀ ਨੇ ਬੁਲਾਇਆ, ਫਿਰ ਵੀ ਨਹੀਂ ਆਇਆ ਸਿਮਰ? ਨਾ ਜੀ, ਫਿਰ ਨਹੀਂ ਆਇਆ। ਫਿਰ ਸਿਮਰ ਆਉਂਦਾ ਕਿਹਦੇ ਕਹਿਣ ਤੇ ਹੈ? ਫਿਰ ਬਾਪੂ ਜੀ ਆਪ ਆਉਂਦੇ ਨੇ। ਅੱਛਾ, ਬਾਪੂ ਜੀ, ਫਿਰ ਸਿਮਰ ਨਹੀਂ ਆਇਆ, ਫਿਰ ਸਿਮਰ ਦੇ ਬਾਪੂ ਜੀ ਆਏ ਆਪ? ਉੱਥੇ ਹੀ ਆ ਗਏ ਜਿੱਥੇ ਖੇਡ ਰਹੇ ਸੀ? ਹਾਂਜੀ, ਨਾ ਬਈ ਘਰ ਦੇ ਬਾਹਰੋਂ ਆਵਾਜ਼ ਮਾਰੀ ਬਈ ਆ ਜਾ, ਫਿਰ ਜਾਣਾ ਪੈਂਦਾ ਜੀ। ਅੱਛਾ ਅੱਛਾ ਅੱਛਾ, ਫਿਰ ਅੱਗੇ ਕੁੱਟ ਕਿੱਥੇ? ਕੁੱਟ ਦਾ ਕੰਮ ਕਿੱਥੇ ਸ਼ੁਰੂ ਹੋਇਆ? ਕੁੱਟ ਜੀ, ਫਿਰ ਕਿਹੜਾ ਸਮਾਂ ਸੀ ਇਹ? ਕਿੰਨਾ ਕਿੰਨੇ ਕੁ ਵਜੇ ਸੀ ਘੜੀ ਉੱਤੇ? ਘੜੀ ਤਾਂ ਨਹੀਂ ਯਾਦ ਜੀ, 8 ਕੁ ਸਾਲਾਂ ਦਾ ਹੋਵਾਂਗਾ। ਅੱਛਾ, ਤੁਸੀਂ 8 ਸਾਲਾਂ ਦੇ ਹੋਵੋਗੇ? ਹਾਂਜੀ। ਓਕੇ ਜੀ, ਫਿਰ ਡੈਡੀ ਜੀ ਆ ਗਏ, ਡੈਡੀ ਜੀ ਨੇ ਘਰੇ ਲੈ ਆਉਂਦਾ? ਹਾਂਜੀ ਹਾਂ, ਲੈ ਆਉਂਦੇ। ਹਾਂਜੀ, ਫਿਰ ਅੱਗੇ ਦੱਸੋ ਨਾ ਰਾਜੇ, ਗੇਮ ਤਾਂ ਹੁਣ ਸ਼ੁਰੂ ਹੋਈ ਹੈ ਬਾਂਦਰ ਕਿੱਲੇ ਵਾਲੀ ਅਸਲੀ? ਬਸ ਜੀ, ਫਿਰ ਬਾਂਦਰ ਕਿੱਲੇ ਵਾਂਗੂ ਜੁੱਤੀਆਂ ਹੀ ਪਈਆਂ ਜੀ ਘਰ ਜਾ ਕੇ ਚੱਲਣ ਦੇ ਫਿਰ। ਹਾਂਜੀ, ਦੇ ਜਿੱਥੇ ਪੈਂਦੀ, ਦੇ ਜਿੱਥੇ ਪੈਂਦੀ। ਹਾਂਜੀ, ਕਿੰਨੀਆਂ ਕਿੰਨੀਆਂ ਖਾਧੀਆਂ ਜੀ? ਉਹ ਤਾਂ ਫਿਰ ਗਿਣਤੀ ਨਹੀਂ ਕਰੀ ਦੀ, ਪਤਾ ਹੀ ਰੱਖਿਆ ਫਿਰ। ਹਾਂਜੀ, ਬਹੁਤ ਵਧੀਆ, ਚਲੋ ਠੀਕ ਹੈ ਜੀ। ਦੋ ਕੁ ਲਾਈਨਾਂ ਸੁਣਾ ਦੀ ਡੈਡੀ ਲਈ? ਨਾ ਨਾ, ਯਾਰਾਂ ਲਈ। ਅੱਛਾ, ਯਾਰਾਂ ਲਈ ਸੁਣਾਓ ਜੀ, ਸੁਣਾਓ। ਉਹ ਦਿਲ ਵਿੱਚ ਦੱਬੀਆਂ ਉਹ ਹਲੇ ਤੱਕ ਰਿਜਾਣੇ, ਐਵੇਂ ਡੋਬ ਦਿੱਤਾ ਸਾਨੂੰ ਬਹੁਤੀਆਂ ਤਮੀ ਜਾਣੇ, ਉਹ ਤੈਨੂੰ ਰੋਕ ਲੈਂਦੇ ਰਾਹੇ ਨੀ ਤੂੰ ਰੁੱਸ ਜਾਂਦੀ ਚਾਹੇ, ਉਹ ਤੈਨੂੰ ਰੋਕ ਲੈਂਦੇ ਰਾਹੇ ਨੀ ਤੂੰ ਰੁੱਸ ਜਾਂਦੀ ਚਾਹੇ, ਪਰ ਪੁੱਛ ਲੈਣਾ ਸੀ ਜੇ ਮੈਂ ਤੈਨੂੰ ਪੁੱਛਦਾ ਪਿਆਰ ਵਾਲੀ ਗੱਲ ਨੀ ਤੂੰ ਕੀ ਕਹਿਣਾ ਸੀ, ਜੇ ਮੈਂ ਤੈਨੂੰ ਪੁੱਛਦਾ ਪਿਆਰ ਵਾਲੀ ਗੱਲ ਨੀ ਤੂੰ ਕੀ ਕਹਿਣਾ ਸੀ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗੀ ਗੱਲਬਾਤ ਕਰਕੇ, ਬਹੁਤ ਵਧੀਆ, ਬਹੁਤ ਵਧੀਆ। ਆਓ ਜੀ, ਆਓ 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 ਆਓ। ਪਿਆਰ ਬਹੁਤ ਜ਼ਿਆਦਾ, ਹੁਣ ਉਹ ਵੀਰੇ ਨੇ ਵੀ ਆਪਣੀ ਸਟੋਰੀ ਦੱਸੀ, ਰਾਮ ਕਥਾ ਦੱਸੀ ਨਾ ਉਹਨੇ, ਵੀ ਬਾਂਦਰ ਕਿੱਲਾ ਕਿਵੇਂ ਇੱਕ ਹੋਰ ਆਈ, ਤੁਸੀਂ ਬੇਇੱਜ਼ਤੀ ਕਰ ਦਿਓ, ਮੈਂ ਵੀ ਇਹ ਕਹਿਣਾ ਹੀ। ਨਹੀਂ ਨਹੀਂ ਨਹੀਂ, ਬੇਇੱਜ਼ਤੀ ਜਾਣਾ ਸਭ ਬੋਲੋ ਓਏ, ਵਾਹਿਗੁਰੂ ਤੁਹਾਡੇ ਕਰਕੇ ਜੀ, ਮੈਂ ਵੀ ਬਾਕੀ ਗੁੱਸਾ ਕਿਸੇ ਗੱਲ ਦਾ ਨਹੀਂ ਕਰਨਾ, ਇਹ ਤਾਂ ਗੱਲਾਂ ਬਾਤਾਂ ਆਉਂਦੀਆਂ ਨੇ, ਤੁਸੀਂ ਅੱਗੋਂ ਕਹਿਤੀ ਮੈਂ ਕਹਿਤੀ ਤੇ ਹਾਂ। ਪਾਇਲ ਕਿੱਧਰ ਗਈ? ਪਾਇਲ ਆ ਜਾਓ ਬੇਟਾ, ਝਾਂਜਰ ਨੂੰ ਵੀ ਸੱਦ ਲਓ, ਸਾਡੇ ਵਾਲਾ ਕੈਂਠਾ। ਹਾਂਜੀ, ਕੀ ਸੁਣਾਓਗੇ ਜੀ? ਮੈਂ ਟੱਪੇ ਸੁਣਾਵਾਂਗੀ। ਟੱਪੇ ਜੀ, ਟੱਪੇ ਆਓ ਜੀ, ਆਓ। ਕੋਠੀ ਤੀ ਕਿਲ ਮਾਹੀਆ, ਕੋਠੀ ਤੀ ਕਿਲ ਮਾਹੀਆ, ਲੋਕਾਂ ਦੀਆਂ ਰੋਣੀ ਅੱਖੀਆਂ, ਸਾਡਾ ਰੋਂਦਾ ਨਹੀਂ ਥੋੜਾ ਰੋਂਦਾ ਜੀ, ਸਾਡਾ ਦਿਲ ਤਾਂ ਖੁਸ਼ ਹੈ ਜੀ, ਦੇਖੋ ਕਿਆ ਬਾਗੋ ਬਾਗ ਹੋਇਆ ਪਿਆ ਕੰਮ, ਬਹੁਤ ਜ਼ਿਆਦਾ ਖੁਸ਼ ਹਾਂ। ਹਾਂਜੀ ਹਾਂਜੀ ਹਾਂਜੀ, ਐਕਸਾਈਟਿਡ ਵੀ ਬਹੁਤ ਸੀ। ਵਾਹਿਗੁਰੂ ਤੁਹਾਡੇ ਕਰਕੇ ਜੀ, ਕੁਛ ਲੈ ਕੇ ਆਈ, ਫੈਂਸੀ ਬੁਲਾਵਾ ਮੇਰੇ ਲਈ ਲੈ ਕੇ ਆਈ? ਹਾਂਜੀ ਲਿਆਓ ਲਿਆਓ, ਮੈਂ ਕਿਹਾ ਗਿਫਟ ਗੁਫਟ ਆਇਆ ਨਹੀਂ।
ਸੱਚੀ ਗੱਲ ਜੀ ਬੋਲੇ ਬੋਲੇ ਪਿੰਡ ਹੀ ਆ ਗਿਆ ਤੁਹਾਡੇ ਵਾਸਤੇ ਬਣਾਇਆ ਵਾਹਿਗੁਰੂ 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 ਸਾਰੇ ਹੱਥ ਲਾਓ ਜੀ ਬੇਟੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਉਹ ਫੋਟੋ ਥੋੜੀ ਖਿੱਚਣੀ ਵੀਡੀਓ ਬਣ ਗਈ ਬਸ ਹਾਂ ਨੇਮ ਪੜ੍ਹਤਾ ਹੂੰ ਤੁਹਾਡੀ ਫਰੈਂਡਸ ਕੇ ਖੂਬਸੂਰਤ ਸਾ ਇੱਕ ਪਲ ਕੀ ਹੈ ਰਾਈਟਿੰਗ ਬਹੁਤ ਹੋਣੀ ਹੈ ਬੱਚਿਆਂ ਦੀ ਨਹੀਂ ਆ ਰਿਹਾ ਪੜ੍ਹਨਾ ਡਾਕਟਰ ਬਣੋਗੇ ਰਾਜੇ ਆਪਾਂ ਹਾਂ ਤੁਸੀਂ ਪੜ੍ਹ ਕੇ ਸੁਣਾਓ ਜੀ ਹਾਂ ਮੇਰੇ ਕੋਲ ਤਾਂ ਮਾਈਕ ਹੈਗਾ ਮੇਰੇ ਕੀ ਕਰੀ ਜਾਣੀ ਹਾਂਜੀ ਬੇਟੇ ਆਪਾਂ ਖੂਬਸੂਰਤ ਸਾ ਇੱਕ ਪਲ ਕਿੱਸਾ ਬਣ ਜਾਂਦਾ ਹੈ हाँ सुन रहे हैं सभी सुन रहे हैं खूबसूरत सा एक पल किस्सा बन जाता है जाने कब कौन सा जिंदगी का हिस्सा बन जाता है कुछ लोग जिंदगी में राजेंद्र का शेर रहता है कुछ लोग जिंदगी में मिलते हैं ऐसे जिनसे कभी ना टूटने वाला रिश्ता बन जाता है थैंक यू जी थैंक यू हूँ देखियो नौ पढ़ता मैं सिमरन मीना टिशका रिया दिव्या दीक्षा शिल्पा तरुणा तमन्ना प्रिया बाबे तरक्की देन थैंक यू ਤੇ ਇੱਕ ਦੋ ਤਿੰਨ ਕਿੰਨੀਆਂ 12 ਜਣੀਆਂ ਚਲੋ ਅੱਛਾ 10 ਹਾਂਜੀ ਤੰਦਰੁਸਤੀ ਉਹ ਸਾਂਭ ਕੇ ਰੱਖੋ ਤੰਦਰੁਸਤੀ ਬਖਸ਼ਣ ਜਾਓ ਥੈਂਕ ਯੂ ਸੋ ਹੁਣ ਵਕਤ ਹੋ ਜਾਓਗੇ ਛੋਟੇ ਜਿਹੇ ਬ੍ਰੇਕ ਦਾ ਫਨ ਮਸਤੀ ਹਜੇ ਹੋਰ ਵੀ ਕਰਾਂਗੇ ਹਜੇ ਬਹੁਤ ਕੁਝ ਬਾਕੀ ਹੈ ਜੀ ਕਿਤੇ ਨਾ ਜਾਇਓ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਸਤਿ ਸ਼੍ਰੀ ਅਕਾਲ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਕੰਟੀਨੀ ਮੰਡੀਰ ਦੇ ਵਿੱਚ ਬੁਲਾਉਣੇ ਆ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰੇ ਗਗਨਦੀਪ ਕੌਰ ਕਿੱਥੇ ਰਹਿੰਦੇ ਹੋ ਜੀ ਲੋਕਲ ਸਮਾਣਾ ਸਮਾਣੇ ਜੀ ਹਾਂਜੀ ਤੁਹਾਡੀਆਂ ਕੀ ਵਿਆਹ ਹੋ ਗਿਆ ਜੀ ਹਾਂਜੀ ਚਲੋ ਬਹੁਤ ਵਧੀਆ ਮੁਬਾਰਕਾਂ ਕਦੋਂ ਹੋਇਆ ਜੀ ਜੁਲਾਈ 2017 ਜਿਹੜੀ ਲੰਘੀ ਹੈ ਜੀ 16 ਹਾਂਜੀ ਅੱਛਾ ਫੇਰ ਤਾਂ ਬਹੁਤ ਵਧੀਆ ਜੀ ਕਿਹੜਾ ਈਅਰ ਹੈ ਜੀ ਇੱਥੇ ਬੀਐਡ ਦਾ ਸਪੋਰਟਸ ਸਮੈਸਟਰ ਲਾਸਟ ਸੁਨੀਤਾ ਜੀ ਹਾਂਜੀ ਜੀ ਵੀ ਲਾਓ ਜੀ ਨਾਲ ਸੁਨੀਤਾ ਜੀ ਮੰਮਾ ਹੈ ਹਾਂ ਮੰਮਾ ਤਾਂ ਬਹੁਤ ਹੀ ਵਧੀਆ ਪਰ ਜਿਵੇਂ ਪਹਿਲਾਂ ਕਿਹਾ ਜੀ ਸੁਨੀਤਾ ਇਹਨਾਂ ਨੇ ਪਹਿਲੀ 'ਚ ਪੜ੍ਹੀ ਹੁੰਦੀ ਨਾਲ ਸੁਨੀਤਾ ਜੀ ਕਹੋ ਜੀ ਹੈ ਨਾ ਜੀ ਜਾਂ ਮੰਮਾ ਇਜ਼ ਵੈਰੀ ਗੁੱਡ ਹਾਂਜੀ ਹਾਂਜੀ ਅੱਛਾ ਕਿੰਨੀ ਕੁ ਯਾਦ ਆਉਂਦੀ ਹੈ ਦੂਜੇ ਮੰਮਾ ਦੀ ਬਹੁਤ ਜ਼ਿਆਦਾ ਅੱਛਾ ਹਾਂਜੀ ਉਹ ਰੋਣਾ ਨਹੀਂ ਬੇਟੇ ਨਹੀਂ ਰੋਂਦੀ ਨਹੀਂ ਅੱਛਾ ਜੀ ਅੱਛਾ ਚਲੋ ਬਹੁਤ ਵਧੀਆ ਬਾਬਾ ਜੀ ਤੁਹਾਨੂੰ ਤਰੱਕੀ ਦੇਣ ਕਿਹੜੀਆਂ ਕੁਆਲਿਟੀਜ਼ ਹੈ ਤੁਹਾਡੇ ਹਸਬੈਂਡ ਦੇ ਵਿੱਚ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਨੇ ਕੁਆਲਿਟੀਜ਼ ਉਹ ਰਿਸਪੋਨਸੀਬਲ ਬਹੁਤ ਨੇ ਉਹ ਜ਼ਿੰਮੇਵਾਰ ਨੇ ਹਾਂਜੀ ਵਿਆਹ ਤੋਂ ਬਾਅਦ ਤਾਂ ਜ਼ਿੰਮੇਵਾਰੀ ਪੈ ਜਾਂਦੀ ਹੈ ਜੀ ਹਾਂਜੀ ਪਹਿਲਾਂ ਵੀ ਸੀ ਉਹ ਪਹਿਲਾਂ ਤੁਹਾਨੂੰ ਕਿਵੇਂ ਪਤਾ ਜੀ ਮੰਮਾ ਦੱਸਦੇ ਨੇ ਚਲੋ ਬਾਬੇ ਤੁਹਾਨੂੰ ਤਰੱਕੀ ਦੇਣ ਜੀ ਥੈਂਕ ਯੂ ਸੋ ਮਚ ਤੁਸੀਂ ਗੱਲਬਾਤ ਕੀਤੀ ਥੈਂਕ ਯੂ ਜੀ ਥੈਂਕ ਯੂ ਆ ਜਾਓ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਪੱਗ ਦਾ ਰੰਗ ਥੈਂਕ ਯੂ ਜੀ ਉਸਤਾਦ ਜੀ ਕੀ ਨਾਮ ਤੁਹਾਡਾ ਮਨਦੀਪ ਸਿੰਘ ਕਿੱਥੇ ਰਹਿੰਦੇ ਹੋ ਸਮਾਣੇ ਲੋਕਲ ਲੋਕਲ ਸਮਾਣੇ ਹਾਂ ਕਿੰਨੀ ਉਮਰ ਹੈ ਮੇਰੀ 17 ਸਾਲ 17 ਸਾਲ ਕਿਹੜਾ ਈਅਰ ਹੈ ਪਲੱਸ 1 ਹੈ ਅੱਛਾ 11ਵੀਂ ਹਾਂ ਕੱਚਾ ਹੀ ਹੈ ਮੇਰਾ ਤਾਂ ਚਲੋ ਬਹੁਤ ਲੱਗ ਗਿਆ ਦਿਲ ਹਾਂ ਜੀ ਬਹੁਤ ਲੱਗਿਆ ਬਹੁਤ ਬਹੁਤ ਵਧੀਆ ਨਾ ਵੱਡੇ ਵੀਰ ਸਾਰੀ ਸਪੋਰਟ ਕਰਦੇ ਨੇ ਨਾਲ ਹਾਂ ਜੀ ਹਾਂ ਕਰਦੇ ਨੇ ਕਿਹਨੂੰ ਫੋਲੋ ਕਰਦਾ ਉਹਨੇ ਜਿਵੇਂ ਪੱਗ ਬਹੁਤ ਸੋਹਣੀ ਹੈ ਹਨਾ ਗੱਲ 'ਚ ਮਫਲਰ ਪਾਇਆ ਹੋਇਆ ਫੋਲੋ ਕਿਹਨੂੰ ਕਰਦੇ ਹੋ ਕਾਲਜ 'ਚ ਕਿਹਨੂੰ ਫੋਲੋ ਕਰਦੇ ਹੋ ਹਜੇ ਤੱਕ ਤਾਂ ਗਰੁੱਪ ਹੈ ਜੀ ਸਾਡਾ ਸਾਰਿਆਂ ਦਾ ਗਰੁੱਪ ਹੈ ਹਾਂ ਜੀ ਭੌਂਕਾ ਗਰੁੱਪ ਫਿਰ ਤਾਂ ਯਾਰ ਮੈਨੂੰ ਵੀ ਸ਼ਾਮਿਲ ਕਰੋ ਵਿੱਚ ਹੈ ਅੱਛਾ ਬਹੁਤ ਵਧੀਆ ਗਰੁੱਪ ਅੱਛਾ ਇੱਕ ਦੂਜੇ ਦੀ ਰਾਏ ਵੀ ਅੱਜ ਵੀਰੇ ਤੁਸੀਂ ਆਹ ਪਾਓ ਹਨਾ ਤੁਸੀਂ ਇੱਦਾਂ ਓਕੇ ਅੱਛਾ ਕਿਹਦੇ ਲਈ ਪਾਉਂਦੇ ਹੋ ਪੱਗਾਂ ਪੁੱਗਾਂ ਇੰਨੀਆਂ ਸੋਹਣੀਆਂ ਕਿਹਦੇ ਲਈ ਹੁੰਦੇ ਹੋ ਤਿਆਰ ਬਾਅਦ ਚੋਂ ਗੇੜੀ ਲਾਉਣੀ ਹੋਣੀ ਜਦੋਂ ਗੇੜੀ ਲਾਉਣੀ ਹੋਣੀ ਓਕੇ ਚਲੋ ਬਹੁਤ ਵਧੀਆ ਲੱਭ ਗਈ ਕੋਈ ਗੇੜੀ ਵਾਲੀ ਹਾਂ ਜੀ ਲੱਭੀ ਹੋਈ ਕੱਚਾ ਪੱਕਿਆਂ ਨਾਲੋਂ ਵੀ ਤਾਂ ਦਾ ਨਹੀਂ ਤੁਹਾਡੇ ਬਹੁਤ ਵੱਡੇ ਫੈਨ ਨੇ ਹੈਂਜੀ ਬਹੁਤ ਵੱਡੇ ਫੈਨ ਨੇ ਚਲੋ ਥੈਂਕ ਯੂ ਜੀ ਤੇ ਕੀ ਸੁਣਾਓਗੇ ਸਾਨੂੰ ਕੀ ਸ਼ੌਂਕ ਨੇ ਜੀ ਜੋ ਮਰਜ਼ੀ ਕਰਾ ਲਓ ਜੀ ਜੋ ਮਰਜ਼ੀ ਕਰ ਦਿਓ ਫਿਰ ਗਾਣਾ ਭੰਗੜਾ ਕਰਦੇ ਹਾਂ ਤੁਹਾਡੇ ਨਾਲ ਸ਼ਹਿਰੋ ਸ਼ਹਿਰੀ ਚੁਟਕਲਾ ਆਉਂਦਾ ਚੁਟਕਲਾ ਤਾਂ ਛੱਡੋ ਪਰ ਆਈ ਚੋ ਭੰਗੜਾ ਪਾਉਂਦੇ ਤੁਹਾਡੇ ਭੰਗੜਾ ਚਲੋ ਠੀਕ ਹੈ ਸਾਹ ਜੀ ਦਿਓ ਤਾਲ ਥੋੜ੍ਹੀ ਥੈਂਕ ਯੂ ਸੋ ਮਚ ਬਾਬਾ ਤਰੱਕੀ ਦੇਣ ਥੈਂਕ ਯੂ ਸੋ ਮਚ ਭੌਂਕਾ ਗਰੁੱਪ ਜਿੰਦਾਬਾਦ ਹਾਲ ਹੈ ਮੇਰੇ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਰਾਹੁਲ ਹੈ। ਰਾਹੁਲ, ਉਹੀ ਗੱਲਬਾਤ ਫਿਰ ਬਾਬਾ ਜੀ ਨਾਲ ਕਿ ਨਹੀਂ? ਹਾਂਜੀ ਹੋ ਗਈ। ਫੋਨ ਕੀਤਾ ਨਾ ਵੀਰੇ? ਮਿਸ ਕਾਲ ਮਾਰੀ ਮੂਹਰੋਂ, ਬੈਕ ਕਾਲ ਆਈ ਬਾਬਾ ਜੀ ਦੀ? ਹਾਂਜੀ ਆ ਗਈ। ਕੀ ਕਹਿੰਦੇ? ਉਹ ਕਹਿੰਦੇ ਜੀਓ ਆ ਸਾਡੇ ਕੋਲ, ਬੈਕ ਕਾਲ ਤਾਂ ਕਰਾਂਗੇ। ਅੱਛਾ ਅੱਛਾ, ਬਾਬਾ ਜੀ ਵੀ ਜੀ? ਬਾਬਾ ਜੀ ਕੋਲ ਵੀ ਜੀਓ ਹੈ? ਹਾਂਜੀ। ਓਕੇ ਓਕੇ, ਫਿਰ ਕਦੋਂ ਜਾਣਾ ਜੀ? ਬਸ ਜਦੋਂ ਬੁਲਾਇਆ, ਜਦੋਂ ਤੁਸੀਂ ਜਾਣਾ ਚਾਹੁੰਦੇ ਹੋ? ਹਾਂਜੀ। ਬਸ ਬਹੁਤ ਅੱਛੇ, ਰੱਬ ਦੇ ਬਹੁਤ ਨੇੜੇ ਹੋਣਾ ਤੁਸੀਂ। ਹਾਂਜੀ। ਓਕੇ ਓਕੇ, ਪਰਿਵਾਰ 'ਚ ਕੌਣ ਕੌਣ? ਮੰਮੀ ਪਾਪਾ ਇਕੱਠੇ ਹੀ ਨੇ? ਹਾਂਜੀ। ਥੋੜ੍ਹਾ ਸਾਹ ਤਾਂ ਲੈ ਲਿਆ ਵਿੱਚ ਕਿ ਮੰਮੀ ਪਾਪਾ? ਅਸੀਂ ਤਿੰਨ ਭਰਾ ਜੀ। ਤੁਸੀਂ ਭਾਬੀ ਜੀ ਵੱਡੇ? ਤੁਸੀਂ ਤਿੰਨ ਭਰਾ? ਹਾਂਜੀ, ਇੱਕ ਭਤੀਜਾ। ਇੰਨਾ ਸ਼ਰਾਰਤੀ ਤੁਸੀਂ ਪੁੱਛਣਾ ਜੀ। ਓਕੇ ਓਕੇ, ਤਿੰਨ ਭਰਾ ਇੱਕ ਭਤੀਜਾ? ਹਾਂਜੀ, ਤਿੰਨ ਭਰਾ ਇੱਕ ਭਤੀਜਾ। ਅੱਛਾ, ਜਿਵੇਂ ਤੁਸੀਂ ਤਿੰਨ ਭਰਾ ਇਕੱਠੇ ਰਹਿੰਦੇ ਸੀਗੇ? ਹਾਂਜੀ। ਹਨਾ ਜੀ, ਵੱਡੇ ਵੀਰ ਦਾ ਵਿਆਹ ਹੋਇਆ ਘਰੇ, ਭਰਜਾਈ ਭਰਜਾਈ ਆਈ, ਤੁਹਾਨੂੰ ਥੋੜ੍ਹਾ ਲੱਗਿਆ ਵੀ ਥੋੜ੍ਹਾ ਜਿਹਾ ਵੀਰਾ ਥੋੜ੍ਹਾ ਜਿਹਾ ਤੁਹਾਡੇ ਨਾਲੋਂ ਦੂਰ ਹੋਇਆ? ਨਾ ਨਾ। ਹਾਂ ਬਸ ਤੁਹਾਨੂੰ ਥੋੜ੍ਹਾ ਜਿਹਾ ਐਂ ਲੱਗਿਆ ਵੀ ਭਰਜਾਈ ਨੇੜੇ ਆ ਗਈ? ਉਹ ਤਾਂ ਹੋਇਆ ਹੀ ਵੀਰੇ, ਪਹਿਲਾਂ ਇਕੱਠੇ ਸੌਂਦੇ ਸੀ ਇੱਕ ਮੰਜੇ ਤੇ, ਹੁਣ ਭਰਜਾਈ ਆ ਗਈ, ਬੈੱਡ ਆ ਗਿਆ, ਹੁਣ ਉਹ ਦੋਨੋਂ ਇਕੱਠੇ ਹੋ ਗਏ, ਅਸੀਂ ਹੋ ਗਏ ਜੁਦਾ, ਅਸੀਂ ਹੋ ਗਏ ਜੁਦਾ। ਨਾ ਫਿਰ ਵਧੀਆ ਗੱਲ ਹੈ। ਕਿਉਂ ਵਧੀਆ ਗੱਲ ਹੈ? ਵਿਆਹ ਤਾਂ ਹੀ ਕਰਾਇਆ ਸੀ। ਕਿਉਂ? ਪਹਿਲਾਂ ਮੈਂ ਜੱਫੇ ਪਾਉਂਦਾ, ਹੁਣ ਭਰਜਾਈ ਜੱਫੀ ਪਾਉਂਦੀ ਹੈ। ਅੱਛਾ, ਪਹਿਲਾਂ ਤੁਸੀਂ ਜੱਫੀ ਪਾਉਂਦੇ ਸੀ ਵੀਰੇ ਨੂੰ? ਹੋਰ ਕੀ, ਪਹਿਲਾਂ ਵੀਰੇ ਨੂੰ ਜੱਫੀਆਂ ਪਾਉਂਦਾ, ਹੁਣ ਸਰਿਆਣੇ ਨੂੰ ਪਾ ਕੇ ਸੋਣਾ ਪੈਂਦਾ। ਓਕੇ ਓਕੇ, ਚਲੋ ਕੋਈ ਨੀ, ਤੁਸੀਂ ਵੀ ਕਰਾਓ ਫਿਰ। ਕੋਈ ਨੀ, ਹਜੇ ਤਾਂ 20 ਸਾਲ ਦੇ ਹੋਏ ਨੀ। ਓਕੇ ਓਕੇ, ਕੀ ਹੋਰ ਕੀ ਸ਼ੌਂਕ ਨੇ ਜੀ? ਵਾਧੂ ਸ਼ੌਂਕ ਨੇ ਵੀਰੇ, ਦੱਸੋ। ਸੁਣਾਓਗੇ ਗਾਣਾ? ਗਾਣਾ ਤਾਂ ਨਹੀਂ ਆਉਂਦਾ ਵੀਰੇ, ਰੈਪ ਆਉਂਦੀ ਹੈ। ਰੈਪ 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 ਸੁਣਾਓ। ਠੀਕ ਹੈ। ਉਹੀ ਮੀਆਂ ਮੈਂ ਜਦੋਂ ਦਾ ਆਇਆ, ਵੀ ਮੈਨੂੰ ਰੋਕਣ ਚ ਲੇਕਿਨ ਕੋਈ ਰੋਕ ਨਾ ਪਾਇਆ, ਵੀ ਮੈਨੇ ਜਾ ਕੇ ਸਾਰੀ ਦੁਨੀਆ ਚ ਨਾ ਕਮਾਇਆ, ਲੋਕੀ ਬੋਲਦੇ ਵੇ ਆਪਾਂ ਕਰਕੇ ਵਿਖਾਇਆ, ਮੈਂ ਜਾ ਕੇ ਯੂਕੇ ਵਿੱਚ ਕੁੜੀਆਂ ਤੇ ਕਰਾਂ ਜਾਦੂ, ਬੈਕ ਸਟੇਜ ਮੈਨੂੰ ਮਿਲਣ ਆਇਆ ਬੈਲੀ ਸਾਗੂ, ਬੀਬੀਸੀ ਵਾਲੇ ਪੁੱਛਦੇ ਸਵਾਲ ਕਿਨੇ। ਬਾਬਾ ਜੀ ਤਰੱਕੀ ਦੇਣ ਜੀ, ਥੈਂਕ ਯੂ ਸੋ ਮਚ। ਚੜ੍ਹਦੀ ਕਲਾ 'ਚ ਰਹੋ ਜੀ, ਚੜ੍ਹਦੀ ਕਲਾ 'ਚ ਆਓ ਜੀ, ਆਓ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਪਰਵਿੰਦਰ ਕੌਰ। ਪਰਵਿੰਦਰ ਕੌਰ, ਹਾਂਜੀ। ਇੱਥੇ ਹੋਸਟਲ ਹੈ ਜੀ? ਹਾਂਜੀ। ਹੋਸਟਲ ਲਾਈਫ ਵਧੀਆ? ਬਹੁਤ ਵਧੀਆ ਜੀ। ਓਕੇ, ਕਿਵੇਂ ਇੰਜੋਏ ਕਰਦੇ ਹੁੰਦੇ ਹੋ? ਖੱਪ ਵਗੈਰਾ ਪਾ ਕੇ। ਓਕੇ, ਹੋਰ ਕੀ ਸ਼ੌਂਕ ਨੇ ਤੁਹਾਡੇ ਨਾਲ? ਕਲਚਰਲ ਐਕਟੀਵਿਟੀਜ਼ ਵਾਲੇ ਪਾਸੇ ਹੈਗੇ ਹੋ? ਹਾਂਜੀ, ਐਕਟਿੰਗ ਵਾਲੀ ਸਾਈਡ ਤੇ ਮਾਡਲਿੰਗ ਦਾ ਕਾਫੀ ਸ਼ੌਂਕ ਹੈ। ਓਕੇ ਓਕੇ, ਐਕਟਿੰਗ ਤੁਸੀਂ ਕੀਤਾ ਥੀਏਟਰ ਇੱਥੇ? ਹਾਂਜੀ ਕੀਤਾ ਸੀ, ਹੁਣ ਪਿੱਛੇ ਯੂਥ ਫੈਸਟੀਵਲ ਚ ਪਲੇ ਚ ਪਾਰਟਿਸਿਪੇਟ ਕੀਤਾ ਸੀ। ਓਕੇ, ਕਾਹਦਾ ਰੋਲ ਸੀਗਾ ਤੁਹਾਡਾ? ਉਸ ਚ ਮੇਰਾ ਹੈਲਨ ਦਾ ਰੋਲ ਸੀ, ਐਂਜਲ ਦਾ ਰੋਲ ਸੀ ਤੇ ਇੱਕ ਲਸਟ ਦਾ ਕੀਤਾ ਸੀ। ਚਲੋ ਬਾਬਾ ਜੀ ਤੁਹਾਨੂੰ ਤਰੱਕੀ ਦੇਣ, ਕੀ ਸੁਣਾਓਗੇ ਜੀ? ਭੰਗੜਾ ਕਰਨਾ, ਭੰਗੜਾ ਦਾ ਕਾਫੀ ਸ਼ੌਂਕ ਹੈਗਾ। ਅੱਛਾ ਜੀ, ਹਾਂਜੀ, ਬਟ ਕਦੇ ਮਤਲਬ ਕਿਤਾ ਨਹੀਂ ਪਾਰਟਿਸਿਪੇਟ ਭੰਗੜੇ ਚ ਕਦੇ ਕੋਈ ਜਾ ਨਹੀਂ। ਹੁਣੇ ਹੁਣੇ ਬੋਲਿਆ ਸਾਜੀ, ਤੁਸੀਂ ਨਾਲ ਸਰ। ਕੋਈ ਨਹੀਂ ਫਰੈਂਡਸ ਨੂੰ ਬੁਲਾ ਲਾਂ ਪਲੀਜ਼? ਫਿਰ ਹਾਂਜੀ ਜੀ, ਫਰੈਂਡਸ ਸਾਥ ਲੋ। ਬਾਬੇ ਤਰੱਕੀ ਦੇਣ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਆਓ ਵੀਰ ਆਓ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਸਿਕੰਦਰ ਸਿੰਘ ਜੀ। ਸਿਕੰਦਰ ਸਿੰਘ, ਤੁਹਾਡੇ ਕੀ ਸ਼ੌਂਕ ਨੇ ਜੀ? ਮੈਂ ਸਿੰਗਿੰਗ ਕਰਦਾ। ਹੋ ਰਾਜਾ ਦੀ ਕੁੜੀ ਤੇ ਨਾ ਅੱਖ ਰੱਖੀਏ, ਜਵਾਨੀ ਪੈਰੇ ਬਹੁਤੀ ਵੀ ਨਾ ਹੱਥ ਚੱਕੀਏ। ਹੋ ਰਾਜਾ ਦੀ ਕੁੜੀ ਤੇ ਨਾ ਅੱਖ ਰੱਖੀਏ, ਜਵਾਨੀ ਪੈਰੇ ਬਹੁਤੀ ਵੀ ਨਾ ਹੱਥ ਚੱਕੀਏ। ਹੁੰਦੀ ਜੇ ਸਿਫਤ ਨਹੀਂਓ ਮਾਣ ਕਰੀਦਾ, ਓਏ ਹੁੰਦੀ ਜੇ ਸਿਫਤ ਨਹੀਂਓ ਮਾਣ ਕਰੀਦਾ, ਬਿਨਾ ਗੱਲੋਂ ਮੁੱਛ ਤੇ ਨਹੀਂ ਹੱਥ ਧਰੀਦਾ। ਕੋਈ ਕਦੇ ਚੀਜ਼ ਨਾ ਕਿਸੇ ਦੀ ਚੱਕੀਏ, ਉਹ ਕਿਸੇ ਦੀ ਚੱਕੀਏ। ਹੋ ਮਿੱਤਰੋ ਯਕੀਨ ਮਿਹਨਤਾਂ ਤੇ ਰੱਖੀਏ, ਮਿੱਤਰੋ ਯਕੀਨ ਮਿਹਨਤਾਂ ਤੇ ਰੱਖੀਏ, ਮਿੱਤਰੋ ਯਕੀਨ ਮਿਹਨਤਾਂ ਤੇ ਰੱਖੀਏ। ਥੈਂਕ ਯੂ ਵੀਰੇ। ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਹੀਰ ਰਾਂਝੇ ਦੇ ਹੋ ਗਏ ਮੇਲੇ, ਉਹ ਭੁੱਲੀ ਹੀਰ ਢੁੰਡੇਂਦੀ ਵੇਲੇ, ਹੋ ਰਾਂਝਾ ਯਾਰ ਬੁੱਗਲ ਵਿੱਚ ਖੇਲੇ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ। ਦੀਵਾ ਬਾਲ ਕੇ ਮਿਟਾਲ ਹਨੇਰਾ ਨੀ, ਦੀਵਾ ਬਾਲ ਕੇ ਮਿਟਾਲ ਹਨੇਰਾ ਨੀ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ। 24,000 ਨਮਾਜ਼ ਫਕਰ ਦੀ ਤੂੰ ਪੰਜ ਕੀਦੀਆਂ ਪੜ੍ਹਦਾ, 24,000 ਨਮਾਜ਼ ਫਕਰ ਦੀ ਤੂੰ ਪੰਜ ਕੀਦੀਆਂ ਪੜ੍ਹਦਾ,
ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ, ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ, ਮੋਹਲਾ ਮੋਹਲਾ ਕਰਦਾ ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਕੁੱਲੀ ਵਿੱਚੋਂ ਨੀ ਯਾਰ ਲੱਭ ਲੈ। ਥੈਂਕ ਯੂ ਜੀ, ਬਹੁਤ ਸੋਹਣੀ ਬਾਤ ਸਰ, ਬਹੁਤ ਸੋਹਣੀ ਬਾਤ। ਥੈਂਕ ਯੂ, ਥੈਂਕ ਯੂ ਬਾਬਾ ਜੀ, ਤਰੱਕੀ ਦੇਣ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਖੜੋ ਸਰ, ਖੜੋ, ਆਓ ਜੀ, ਆਓ ਆਓ ਵੀਰੇ, ਆਓ ਆਓ ਆਓ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਸੁਜਾਨ ਸਿੰਘ ਜੀ। ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ ਤਾਂ ਗਾਉਣ ਦਾ ਜੀ। ਗਾਉਣ ਦਾ? ਹਾਂਜੀ। ਸੁਣਾਓ ਫਿਰ ਕੁਛ ਵੀ। ਇੱਕ ਵਕਤ ਹੁੰਦਾ ਸੀ ਜਦੋਂ ਕੁੜੀ ਜਾਂ ਲੇਡੀ ਆਪਣੇ ਹਸਬੈਂਡ ਨੂੰ ਕਹਿੰਦੀ ਹੁੰਦੀ ਸੀ ਕਿ ਮੈਨੂੰ ਮੁਲਤਾਨੀ ਕੰਗਣ ਲਿਆ ਦੀ ਜਾਂ ਕਸੂਰ ਤੋਂ ਜੁੱਤੀ ਲਿਆ ਜੀ। ਪਰ ਅੱਜ ਕੱਲ੍ਹ ਦੀ ਵਿਆਹੀ ਹੋਈ ਕੁੜੀ ਕੀ ਕਹਿੰਦੀ ਆਪਣੇ ਹਸਬੈਂਡ ਨੂੰ? ਬਈ ਫੋਨ ਕੈਮਰੇ ਵਾਲਾ ਮੈਨੂੰ ਲੈ ਦੇ ਵੇ ਮਾਈਆ, ਬਈ ਫੋਨ ਕੈਮਰੇ ਵਾਲਾ ਮੈਨੂੰ ਲੈ ਦੇ ਵੇ ਮਾਈਆ, ਫੇਸਬੁੱਕ ਤੇ ਖਾਤਾ ਤੂੰ ਖਲਵਾ ਦੇ ਵੇ ਮਾਈਆ, ਫੇਸਬੁੱਕ ਤੇ ਖਾਤਾ ਤੂੰ ਖਲਵਾ ਦੇ ਵੇ ਮਾਈਆ, ਫੇਸਬੁੱਕ ਤੇ ਖਾਤਾ ਤੂੰ ਖਲਵਾ ਦੇ ਵੇ ਮਾਈਆ। ਅੱਗੇ ਬੇ ਤੇਰਾ ਹਿਜਰ ਮੈਂ ਹੋਰ ਨਾ ਜਰਾਂਗੀ, ਯਾਹੂ ਤੇ ਬੈਠ ਕੇ ਮੈਂ ਚੈਟ ਕਰਾਂਗੀ, ਬੇ ਤੇਰਾ ਹਿਜਰ ਮੈਂ ਹੋਰ ਨਾ ਜਰਾਂਗੀ, ਯਾਹੂ ਉੱਤੇ ਬੈਠ ਕੇ ਮੈਂ ਚੈਟ ਕਰਾਂਗੀ, ਯੂਟਿਊਬ ਉੱਤੇ ਫੋਟੋ ਇੱਕ ਪਾ ਦੇ ਵੇ ਮਾਈਆ, ਫੋਨ ਕੈਮਰੇ ਵਾਲਾ ਮੈਨੂੰ ਲਿਆ ਦੇ ਵੇ ਮਾਈਆ, ਫੋਨ ਕੈਮਰੇ ਵਾਲਾ ਮੈਨੂੰ ਲਿਆ ਦੇ ਵੇ ਮਾਈਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਬਾਬੇ, ਤੁਹਾਨੂੰ ਤਰੱਕੀ ਦੇਣ ਜੀ। ਥੈਂਕ ਯੂ ਸੋ ਮਚ, ਬੈਠੋ। ਅੱਜ ਤੁਸੀਂ ਕਦੋਂ ਵਿਆਹ ਕਰਾਉਣਾ, ਕਦੋਂ ਸੋਚਿਆ? ਮੇਰੇ ਭਾਵੇਂ ਅੱਜ ਕਰ ਦਿਓ ਜੀ। ਕਿੱਦਾਂ ਦੀ ਲਾਈਫ ਪਾਰਟਨਰ ਚਾਹੀਦੀ ਹੈ? ਲਾਈਫ ਪਾਰਟਨਰ ਬਸ ਵਧੀਆ ਹੋਣੀ ਚਾਹੀਦੀ ਜਿਹੜੇ ਮੈਨੂੰ ਸਮਝ ਸਕੇ। ਓਕੇ, ਪਿੱਠ ਨਾ ਕਰ ਬੇਟੇ ਉੱਧਰ ਹੋਣਾ। ਹਾਂਜੀ ਰਾਜੇ, ਚੰਨ ਵਰਗਾ ਮੂੰਹ ਦਿਖਾਓ ਤੇ ਸਹੀ। ਹਾਂਜੀ ਹਾਂਜੀ, ਕਿੱਦਾਂ ਦੀ ਲਾਈਫ ਪਾਰਟਨਰ ਚਾਹੀਦੀ ਹੈ? ਵਧੀਆ ਹੋਵੇ, ਸੋਹਣੀ ਸੁਨੱਖੀ। ਸੋਹਣੀ ਸੁਨੱਖੀ ਹੋਵੇ? ਹਾਂਜੀ ਹਾਂਜੀ। ਓਕੇ ਓਕੇ, ਹੋਰ ਕੁਆਲਿਟੀ? ਲੜੇ ਲੋੜੇ ਨਾ ਇੱਕੋ। ਅੱਛਾ ਹੁਣ ਖੁੱਲਿਆ ਏ, ਪਹਿਲੇ ਤਾਂ ਗਾਣੇ ਕੋਲ, ਹੁਣ ਖੁੱਲਿਆ ਵਿਚਾਰਾ। ਹਾਂ ਕੋਈ ਨਹੀਂ, ਕੱਢ ਕੱਢ ਫੀਲਿੰਗ ਕੱਢ। ਹਾਂ, ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰੀ ਤੀ, ਕਰੀ ਤੀ ਫਿਰ ਆਈ ਨਹੀਂ ਤੀ, ਗੱਲ ਹੀ ਨਹੀਂ ਸੁਣੀ ਉਹਨੇ ਮੇਰੀ, ਗੱਲ ਹੀ ਨਹੀਂ ਕੀਤੀ ਜੀ। ਪਤਾ ਨਹੀਂ ਖਾਨੀ ਮੇਰੀ ਸ਼ਕਲ ਦੇਖ ਡਰ ਗਈ, ਪਤਾ ਨਹੀਂ ਕੀ ਭੂਤ ਤੁਰਿਆ ਹੁੰਦਾ। ਉਹਨੇ ਮੈਨੂੰ ਤਾਂ ਕੁਛ ਕਿਹਾ ਨਹੀਂ, ਮੇਰਾ ਬਜਾਇ ਇੱਕ ਮਿੱਤਰ ਖੜਾ ਪਿੱਛੇ, ਉਹ ਫਸ ਗਿਆ ਉਹਨੂੰ, ਉਹਦੀ ਇਹੀ ਜੀ ਲਾਹ ਪਾ ਕਰੀ ਨਾ ਉਹਨੇ, ਪੁੱਛੋ ਨਾ ਕੁਛ। ਠੀਕ ਹੈ, ਬੇਵਕੂਫਾ, ਲਾਹ ਪਾ ਉਹਨੇ ਕੀਤੀ ਹੈ, ਉਹਨੂੰ ਕਹਿੰਦੀ ਤੂੰ, ਕਹਿੰਦੀ ਤੂੰ ਸਿਖਾ ਉਹਨਾਂ ਨੂੰ, ਤੂੰ ਪਿੱਛੇ ਭੇਜਦਾ ਮੇਰੇ। ਬੁਲਾਓ ਬੁਲਾਓ, ਕਿੱਥੇ ਹੈ ਉਹ ਕੜਾਈ, ਉਹਨੂੰ ਸੱਦੋ। ਹਾਂਜੀ, ਉਹ ਕੜਾਈ। ਸਤਿ ਸ਼੍ਰੀ ਅਕਾਲ, ਮੈਡੋ ਮਾਈਕ ਫੜੋ। ਇਹ ਤਾਂ ਗਲਤ ਹੋ ਗਿਆ ਕੰਮ, ਥੋੜ੍ਹੀ ਇਹਦਾ ਕੰਮ 'ਚ ਮੈਂ ਫਸ ਗਿਆ ਜੀ। ਹੋਰ ਗਾਲਾਂ ਵੇਗੀਆਂ ਯਾਰ, ਫਿਰ ਮੈਂ ਇਹਦੇ ਅਹਿਸਾਨ ਤੋਂ ਆਈ ਹਾਂ, ਤੇਰੇ ਕਰਕੇ ਬੇਇੱਜ਼ਤੀ ਕਰਾਈ, ਮੇਰੇ ਨਾਲ ਖੜਦਾ ਰਹੀ ਹੁਣ। ਇਹਨੂੰ ਸਮਝਾਇਆ ਕਰੋ ਵੀ ਤੇਰੇ ਕਰਕੇ ਹੁਣ ਇੰਨੀਆਂ ਗਾਲਾਂ ਖਾਧੀਆਂ ਨੇ। ਹਾਂਜੀ ਹਾਂ, ਹੁਣ ਇਹਨੂੰ ਤੋੜ ਦਿਓ ਜਿੱਥੇ ਮੁੜ ਕੇ ਸੀ, ਦੋਨਾਂ ਨੇ ਕਾਲਜ ਆਉਣ 'ਤੇ ਹਿੰਮਤ ਨਹੀਂ ਕਰੀ, ਕਦੇ ਕਦੇ ਆਏ ਹੁਣ, ਅੱਜ ਪਤਾ ਲੱਗਿਆ, ਕੱਲ੍ਹ ਪਤਾ ਲੱਗਿਆ, ਹੁਣ ਉਹ ਫੋਟੋ ਦੇ ਦੇਖੇ ਸੀ ਭਾਅ ਵੀ ਤੁਸੀਂ ਯਾਰ, ਹੁਣ ਤਾਂ ਕਹਿੰਦੇ ਨਹੀਂ ਅਸੀਂ ਇੱਥੇ ਕਦੇ ਆਏ। ਓਕੇ ਓਕੇ ਓਕੇ, ਦੇਖ ਦੇਖ ਲਓ ਵੀ ਹੁਣ ਹੁਣ ਜੇ ਜੇ ਮੈਨੂੰ ਕੋਈ ਕੁਛ ਵੀ ਹੈ ਨਾ, ਵੈਸੇ ਚਲੋ ਸਾਰੇ ਪਿਆਰ ਕਰਦੇ ਨੇ, ਜੇ ਕੱਲ੍ਹ ਨੂੰ ਕੋਈ ਵੀ ਪੰਗਾ ਪੈ ਜੇ ਤਾਂ ਮੈਂ ਬਾਈ ਨੂੰ ਖੜਾ ਕਰ ਦੂੰਗਾ ਕਿ ਬਾਈ ਹੈ ਨਾ ਫਲਾਣਾ ਬੰਦਾ, ਬਾਈ ਨੇ ਖੜ ਜਾਣਾ ਵੀ ਆ ਜਾ ਹੁਣ, ਜਦੋਂ ਬਾਰੀ ਕੁੜੀਆਂ ਦੀ ਆਈ ਇਹ ਵੀ ਗਾਲਾਂ ਗੁਲਾਂ ਖਾ ਕੇ ਆ ਗਏ। ਬਹੁਤ ਵਧੀਆ, ਬਹੁਤ ਵਧੀਆ ਬਾਬੇ, ਤਰੱਕੀ ਦੇਣਾ, ਇੰਨੀ ਜਾਣ ਹੈ ਨਾ, ਬਹੁਤ ਵਧੀਆ ਜਿੰਮ ਲਾਉਂਦੇ ਹੋ। ਅਤੇ ਨਾਲ ਦੀ ਨਾਲ ਇੱਕ ਮੈਸੇਜ ਵੀ ਹੈਗਾ ਜੀ ਕਿ ਆਪਣਾ ਨੌਜਵਾਨ ਵੀਰ ਸਾਰਾ ਨਸ਼ਿਆਂ ਤੋਂ ਦੂਰ ਹੈ, ਬਾਈ ਵਾਂਗੂ ਸਿਹਤ ਬਣਾਓ, ਪਰ ਹਾਂ ਬਾਈ ਵਾਂਗੂ ਗਾਲਾਂ ਵੀ ਨਹੀਂ ਖਾਣੀਆਂ ਹੁਣ ਨਾ ਪਵਾਈ ਹੋਏ ਨਾ ਹੀ ਨਾ। ਹਾਂਜੀ, ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਜੀ? ਪਵਨਪ੍ਰੀਤ। ਤੁਹਾਡਾ ਜੀ? ਜਸਵੀਰ ਕੌਰ। ਕੀ ਕੀ ਸੁਣਾਓਗੇ ਜੀ? ਸੌਂਗ ਸੁਣਾਓ ਜੀ। ਨੰਗੇ ਪੈਰੀ ਜਾਂਦੀ ਗੁਰੂ ਘਰ ਮੈਂ ਸਵੇਰੇ, ਹਾਏ ਵੇ ਸੁੱਖ ਦੀਆਂ ਸੁੱਖਾਂ ਮੱਥੇ ਟੇਕੇ ਵੀ ਬਥੇਰੇ। ਨੰਗੇ ਪੈਰੀ ਜਾਂਦੀ ਗੁਰੂ ਘਰ ਮੈਂ ਸਵੇਰੇ, ਹਾਏ ਵੇ ਸੁੱਖ ਦੀਆਂ ਸੁੱਖਾਂ ਮੱਥੇ ਟੇਕੇ ਵੀ ਬਥੇਰੇ। ਅੱਜ 7 ਸਾਲ ਹੋ ਗਿਆ ਪਿਆਰ ਨੂੰ, 7 ਸਾਲ ਹੋ ਗਿਆ ਪਿਆਰ ਨੂੰ, ਜਾਣ ਜਾਂਦੀ ਜਾਵੇ ਤੈਨੂੰ ਨੀ ਖੋਣਾ। ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ, ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ, ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਥੈਂਕ ਯੂ ਜੀ, ਥੈਂਕ ਯੂ, ਬਾਏ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਾਬੇ, ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ। ਤਕਰੀਬਨ ਹੋ ਗਏ 3-4 ਸਾਲ ਹੋ ਗਏ ਜੀ। 3-4 ਸਾਲ ਦੇ ਅੰਦਰ ਗੇੜਾ ਮਾਰਿਆ ਉਹਨਾਂ ਨੇ? ਕਾਹਨੂੰ ਜੀ ਆਉਂਦੇ ਨੇ ਜੀ, ਇੱਕ ਜਿਹੜੇ ਉਧਰ ਟੁਰ ਗਏ ਅੰਗਰੇਜ਼ਾਂ ਚਸਕਾ ਪੈ ਗਿਆ, ਕਾਹਨੂੰ ਆਉਂਦੇ ਨੇ।
ਪਟਲੇ ਫਿਰ ਮੀਮਾ ਨੇ ਹਾਂ ਹਾਂ ਪੱਟੇ ਗਏ ਆਰਾਮ ਨਾਲ ਤੁਹਾਡੇ ਵਾਸਤੇ ਲੱਭੀ ਕੋਈ ਕਿ ਨਹੀਂ ਉੱਧਰ ਤੁਹਾਨੂੰ ਜੀ ਮੈਨੂੰ ਤਾਂ ਇੱਥੇ ਕੋਈ ਪੇਂਡੂ ਹੀ ਮਿਲਣੇ ਆ ਪਤਾ ਨਹੀਂ ਉਹ ਵੀ ਮਿਲਣੀਆਂ ਤਾਂ ਨਹੀਂ ਹਾਂ ਹਾਂ ਹੁੰਦੀਆਂ ਬਾ ਉਹ ਹੁੰਦੀਆਂ ਤਾਂ ਸਹੀ ਨੇ ਪਰ ਨਹਾ ਕੇ ਆ ਜਾਇਆ ਕਰੋ ਨਾ ਆਪਣੇ ਉਹ ਬਾਹਰ ਜਾ ਕੇ ਕੁੱਟ ਲਿਓ ਇੱਥੇ ਨਾ ਬੇਇੱਜ਼ਤੀ ਕਰੋ ਮੇਰੀ ਮੰਨ ਗਿਆ ਬਾਹਰ ਜਾ ਕੇ ਕੁੱਟ ਲਿਓ ਬਾਹਰ ਅੱਛਾ ਵੀਰਾ ਆਇਆ ਨਹੀਂ ਹਜੇ ਤੱਕ ਤਿੰਨ ਚਾਰ ਸਾਲ ਨਾ ਸਰ ਆਇਆ ਗਿਫਟ ਗੁਫਟ ਭੇਜੇ ਹੁਣ ਕੋਈ ਕਾਹਨੂੰ ਭੇਜਦੇ ਨੇ ਜੀ ਉਹ ਆਪਣੀ ਜਿਹੜੀ ਘਰ ਵਾਲੀ ਨਾ ਉਹਨੂੰ ਗਿਫਟ ਦੇ ਜਾਣ ਉਹਨੇ ਹੀ ਵਾਧੂ ਨੇ ਜੀ ਸਾਡੇ ਵਰਗੇ ਗਰੀਬਾਂ ਨੂੰ ਕਿੱਥੇ ਗਿਫਟ ਘਰ ਵਾਲੀ ਉਹਨਾਂ ਦੀ ਉੱਧਰ ਨਹੀਂ ਆਉਣਗੇ ਇੱਧਰ ਨਹੀਂ ਇੰਡੀਆ ਇੰਡੀਆ ਅਤੇ ਇੱਕ ਉਹਨਾਂ ਦੀ ਬੇਬੀ ਹੈ ਸਹਿਜਪ੍ਰੀਤ ਮੈਂ ਸੋਚਿਆ ਕਹਿੰਦਾ ਵੀ ਇੱਕ ਉਹਨਾਂ ਦੀ ਹੋਰ ਘਰ ਵਾਲੀ ਉਹ ਬਾਹਰਦੀ ਹੈ ਚਲੋ ਬਾਬੇ ਤੁਹਾਨੂੰ ਤਰੱਕੀ ਦੇਣ ਛੇਤੀ ਛੇਤੀ ਵਿਆਹ ਕਰਾਓ ਤੁਸੀਂ ਵੀ ਨਾ ਮੈਨੂੰ ਕਿੰਨੇ ਕੁੜੀ ਦੇਣੀ ਹੈ ਜੀ ਹਾਂਜੀ ਮੇਰੇ ਵਰਗੇ ਨੂੰ ਅਗਲਾ ਪਤਾ ਕੀ ਦੇਖਣਾ ਹੈਗਾ ਮੁੰਡਾ ਦੇ ਲੰਡਰ 'ਚ ਹੀ ਲੱਗਦਾ ਛੱਡੋ ਪਰ ਇਹਨੂੰ ਕਿੰਨੇ ਕੁੜੀ ਦੇਣੀ ਨਾ ਨਾ ਮਿਲੂਗੀ ਹੌਸਲੇ ਰੱਖਿਆ ਕਰੋ ਥੋੜ੍ਹੇ ਜਿਹੇ ਹੈ ਨਾ ਜੀ ਹੌਸਲੇ ਤਾਂ ਬੜੇ ਨੇ ਜੀ ਮੈਂ ਅੱਜ ਨਾ ਸਵੇਰੇ ਤਿਆਰ ਹੋ ਰਿਹਾ ਮੰਮੀ ਕਹਿ ਰਹੀ ਹੈ ਵੀ ਅੱਜ ਬੜਾ ਤਿਆਰ ਹੋ ਰਿਹਾ ਕੀ ਚੱਕਰ ਮੈਂ ਮੰਮੀ ਅੱਜ ਰਵਨੀਤ ਆ ਰਿਹਾ ਸਾਡੇ ਕੋਲਜ ਜਦੋਂ MH1 ਤੇ ਆਉਂਦਾ ਹੁੰਦਾ ਵਾਹਿਗੁਰੂ ਅਤੇ ਕਹਿੰਦੀ ਕਿਹੜਾ ਰਵਨੀਤ ਮੈਂ ਕਿਹਾ ਜਿਹੜਾ ਉਹ ਕੁੜੀਆਂ ਦੀ ਬੇਇੱਜ਼ਤੀ ਕਰਦਾ ਹੁੰਦਾ ਕਹਿੰਦੀ ਅੱਛਾ ਅੱਛਾ ਕਹਿੰਦੀ ਉੱਥੇ ਕੁੜੀਆਂ ਮੁੰਡੇ ਨਾ ਇਕੱਠੇ ਖੜੇ ਹੁੰਦੇ ਨੇ ਤੂੰ ਕੁੜੀਆਂ ਦੇ ਵਿੱਚ ਨਾ ਖੜੋਏ ਕਿਤੇ ਜੂਆਂ ਪਵਾ ਕੇ ਬਹਿ ਜਾਏ ਸੋ ਪਬਲਿਕ ਕੋਲੇ ਸਮਾਣਾ ਇੱਥੇ ਰੌਣਕ ਲੱਗਣਗੀਆਂ ਹੁਣ ਵਕਤ ਹੋ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ ਜੂਆ ਨਾ ਪਿਆ ਲਿਓ ਮਿਲਦੇ ਹਾਂ ਜੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਹੈਪੀ ਸਤਿ ਸ਼੍ਰੀ ਅਕਾਲ ਜੀ ਹੈਪੀ ਹਾਂਜੀ ਹੈਪੀ ਸਾਡਾ MH1 ਵਾਲਾ ਤੁਸੀਂ ਤਾਂ ਨਹੀਂ ਹੈ ਓਕੇ ਕੀ ਸ਼ੌਂਕ ਨੇ ਕੀ ਸੁਣਾਏਗਾ ਮੈਂ ਜੀ ਚੁਟਕਲਾ ਸੁਣਾਊਂਗਾ ਜੀ ਚੁਟਕਲਾ ਹਾਂਜੀ ਆੜ ਦੋ ਚੁਟਕਲਾ ਸੁਣਾਓ ਬਾਈ ਚੁਟਕਲਾ ਇੱਕ ਜੀ ਮੁੰਡਾ ਇੱਕ ਕੁੜੀ ਦੇ ਪਿੱਛੇ ਜਾ ਰਿਹਾ ਹੁੰਦਾ ਜੀ ਹੈਂਜੀ ਉਹ ਕੁੜੀ ਕਹਿੰਦੀ ਹੈ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਤੈਨੂੰ ਅੱਜ ਤੇਰੀ ਮੌਤ ਹੈ ਬੁਲਾ ਰਹੀ ਤੇਰੇ ਪਿੱਛੇ ਪਿੱਛੇ ਮੇਰੀ ਮੰਮੀ ਵੀ ਆ ਰਹੀ ਮੁੰਡਾ ਕਹਿੰਦਾ ਖਾਨਦਾਨੀ ਆ ਸੀ ਆਸ਼ਕੁੜੇ ਸਾਡੇ ਬਜ਼ੁਰਗ ਵੀ ਫਰਜ਼ ਨਿਭਾ ਰਹੇ ਨੇ ਤੇਰੀ ਮੰਮੀ ਦੇ ਪਿੱਛੇ ਪਿੱਛੇ ਸਾਡੇ ਬਾਪੂ ਹੋਰੀ ਵੀ ਆ ਰਹੇ ਨੇ ਬਹੁਤ ਵਧੀਆ ਥੈਂਕ ਯੂ ਸੋ ਮਚ ਹੋਰ ਆਉਂਦਾ ਹੋਰ ਜੀ ਬਸ ਗੱਲਾਂ ਹੀ ਕਰਨੀਆਂ ਆਉਂਦੀਆਂ ਨੇ ਥੈਂਕ ਯੂ ਸੋ ਮਚ ਜੀ ਬਾਬੇ ਤੇ ਰੱਖੀ ਦੇਣ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਚਲੋ ਜੀ ਬੱਚਿਆਂ ਦੇ ਨਾਲ ਬਹੁਤ ਫਨ ਕੀਤਾ ਭੰਗੜਾ ਹਜੇ ਰਹਿੰਦਾ ਇਸ ਕਾਲਜ ਦਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਫੈਕਲਟੀ ਮੈਂਬਰਸ ਪ੍ਰਿੰਸੀਪਲ ਸਰ ਉਹ ਸਾਡੇ ਵਿੱਚ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਅਤੇ ਸਭ ਤੋਂ ਪਹਿਲਾਂ ਸਾਡੇ ਵਿੱਚ ਪ੍ਰਿੰਸੀਪਲ ਸਰ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭ ਨਾਮ ਜੀ ਮੈਂ ਡਾਕਟਰ ਅਰਵਿੰਦ ਮੋਹਨ ਓਕੇ ਡਾਕਟਰ ਸਾਹਿਬ ਕਦੋਂ ਤੋਂ ਬਤੌਰ ਪ੍ਰਿੰਸੀਪਲ ਇਸ ਕਾਲਜ ਦੇ ਵਿੱਚ ਤੁਸੀਂ ਸੇਵਾ ਨਿਭਾ ਰਹੇ ਹੋ 2011 ਤੋਂ ਬਤੌਰ ਪ੍ਰਿੰਸੀਪਲ ਇਸ ਕਾਲਜ 'ਚ ਸੇਵਾ ਨਿਭਾ ਰਹੇ ਹਾਂ ਜੀ ਅਤੇ ਸਰ ਕਿਹੜੀਆਂ ਅਚੀਵਮੈਂਟਸ ਹੈ ਜੀ ਇਸ ਕਾਲਜ ਨੂੰ ਇਸ ਕਾਲਜ ਨੂੰ ਇਹ ਸਨ 69 'ਚ ਬਣਿਆ ਕਾਲਜ ਜੀ ਔਰ ਉਸ ਟਾਈਮ ਇਹਦੇ ਫਾਊਂਡਰ ਚੇਅਰਮੈਨ ਸ਼੍ਰੀ ਐੱਸ ਐੱਲ ਕਪੂਰ ਜੀ ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੀ ਉਹ ਇਹਦੇ ਫਾਊਂਡਰ ਚੇਅਰਮੈਨ ਸੀ ਅਤੇ ਸਰਦਾਰ ਗੁਰਦਿੱਤ ਸਿੰਘ ਪ੍ਰੇਮੀ ਜੀ ਇੱਥੇ ਫਾਊਂਡਰ ਪ੍ਰਿੰਸੀਪਲ ਰਹੇ ਨੇ ਜੀ ਔਰ ਇਸ ਕਾਲਜ ਨੇ ਸ਼ੁਰੂ ਤੋਂ ਹੀ ਬਹੁਤ ਵਧੀਆ ਮੱਲਾਂ ਮਾਰੀਆਂ ਨੇ ਉਹਦੇ ਵਿੱਚ ਪੂਰੀ ਫੈਕਲਟੀ ਦਾ ਸਟਾਫ ਦਾ ਅਤੇ ਵਿਦਿਆਰਥੀਆਂ ਦਾ ਬਹੁਤ ਸਹਿਯੋਗ ਰਿਹਾ ਸਾਡੀ ਮੈਨੇਜਿੰਗ ਕਮੇਟੀ ਦੇ ਡੀ ਸੀ ਸਾਹਿਬ ਚੇਅਰਮੈਨ ਨੇ ਔਰ ਵਾਈਸ ਚੇਅਰਮੈਨ ਇੱਥੇ ਦੇ ਐਸ ਡੀ ਐਮ ਹੁੰਦੇ ਨੇ ਅਤੇ ਬਾਕੀ ਲੋਕਲ ਮੈਂਬਰ ਨੇ ਸਾਡੇ ਓਕੇ ਜੀ ਹੁਣ ਤੱਕ ਦਾ ਸਫ਼ਰ ਵਧੀਆ ਰਿਹਾ ਜੀ ਹੁਣ ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਥੈਂਕ ਯੂ ਸੋ ਮਚ ਸਰ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਜੀ ਦਿਓ ਜੀ ਥਾਪੜਾ ਥੈਂਕ ਯੂ ਸੋ ਮਚ ਆਓ ਸਰ ਜੀ ਤੁਸੀਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸ਼ਮਸ਼ੇਰ ਸਰ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਦੇ ਫਰੈਂਡ ਨੇ ਜੀ ਇਹ ਪੰਜਾਬੀ ਦੇ ਲੈਕਚਰਾਰ ਨੇ ਕਲਚਰ ਕੋਆਰਡੀਨੇਟਰ ਸਾਰਾ ਕੰਮ ਕਰਦੇ ਨੇ ਜੀ ਅਤੇ ਯੂਥ ਫੈਸਟੀਵਲ ਦੇ ਵਿੱਚ ਤੁਸੀਂ ਜਾਂਦੇ ਰਹਿੰਦੇ ਹੋ ਬਿਲਕੁਲ ਲੋਕ ਮੇਲਾ ਵੀ ਹੋਇਆ ਦੂਜੇ ਯੂਥ ਫੈਸਟੀਵਲ ਹੁੰਦੇ ਨਵੇਂ ਸਮੇਂ ਤੋਂ ਜਾ ਰਹੇ ਨਵੇਂ ਨਵੇਂ ਤਰ੍ਹਾਂ ਦਾ ਹਰੇਕ ਕਾਲਜ ਦਾ ਯੂਥ ਤੁਹਾਨੂੰ ਟੱਕਰਦਾ ਬਿਲਕੁਲ ਅਤੇ ਕੀ ਸੁਨੇਹਾ ਦਿਓਗੇ ਅੱਜ ਦੇ ਯੂਥ ਨੂੰ ਯੂਥ ਹੈ ਕਿ ਐਨਰਜੀ ਯੂਥ 'ਚ ਬਹੁਤ ਹੈ ਹਾਂਜੀ ਬਹੁਤ ਸਮਰੱਥ ਹੈ ਗੱਲ ਇਹ ਕਿ ਇਹ ਆਪਣੀ ਸਮਰੱਥਾ ਨੂੰ ਪਹਿਚਾਨਣ ਹਾਂਜੀ ਔਰ ਵਧੀਆ ਰਸਤਾ ਚੁਣ ਮਿਹਨਤ ਕਰਨ ਔਰ ਜੋ ਵੀ ਮੁਕਾਮ ਵਿੱਚ ਆਉਣ ਪਾ ਸਕਦੇ ਨੇ ਹਾਂਜੀ ਹਾਂਜੀ ਮਤਲਬ ਦ੍ਰਿੜ ਇਰਾਦਾ ਕਰਨ ਔਰ ਆਪਣੇ ਅੰਦਰ ਦੀ ਤਾਕਤ ਨੂੰ ਪਛਾਣਨ ਥੈਂਕ ਯੂ ਸੋ ਮਚ ਸਰ ਜਦੋਂ ਅਸੀਂ ਰੂਮ 'ਚ ਬੈਠੇ ਸੀਗੇ ਅੰਦਰ ਹਾਂਜੀ ਜਦੋਂ ਆਪ ਮੈਂ ਆਇਆ ਸੀਗਾ ਹਾਂਜੀ ਉਧਰੋਂ ਸਾਰਾ ਅੰਦਰ ਦਾਖਲ ਹੋਏ ਸੀ ਹਾਂਜੀ ਜਿਹੜੀ ਉਦੋਂ ਗੱਲ ਕਹੀ ਸੀ ਹੁਣ ਉਹ ਗੱਲ ਕਹੋ ਨਹੀਂ ਮੈਂ ਤੇ ਉਦੋਂ ਵੀ ਗੱਲ ਕਹੀ ਸੀ ਕਿ ਰਵਨੀਤ ਸਾਡੇ ਬੱਚਿਆਂ ਦੇ ਵਿੱਚ ਤਾਂ ਬਹੁਤ ਉਤਸ਼ਾਹ ਹੈਗਾ ਹੀ ਹੈ ਕਿ ਅੱਜ MH1 ਦੀ ਟੀਮ ਸਾਡੇ ਦਰਮਿਆਨ ਆ ਰਹੀ ਹੈ ਹਾਂਜੀ ਔਰ ਮੈਨੂੰ ਇਹ ਗੱਲ ਸਵੇਰੇ ਆਪਦੇ ਬੜੀ ਚੰਗੀ ਲੱਗੀ ਪੈ ਸਾਹਿਬ ਦੇ ਕੋਟ ਪਾਇਆ ਦੇਖ ਕੇ ਕਿ ਇਹ ਵੀ ਬੜੇ ਉਤਸ਼ਾਹਿਤ ਨੇ ਬੱਚਿਆਂ ਨੂੰ ਔਰ ਮੈਂ ਕਹਿੰਦਾ ਕਿ ਇਹ ਪ੍ਰੈਸਰ ਇਹਨਾਂ 'ਚ ਇਸ ਕਿਉਂਕਿ ਸਾਡੇ ਤਾਂ ਬੱਚਿਆਂ ਵਰਗੇ ਨੇ ਇਹਨਾਂ 'ਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਉਤਸ਼ਾਹ ਬਣਿਆ ਰਹੇ ਔਰ ਇਸੇ ਤਰ੍ਹਾਂ ਦੇ ਰੰਗ ਖੇੜੇ ਔਰ ਇਸ ਤਰ੍ਹਾਂ ਦੀਆਂ ਖੁਸ਼ੀਆਂ ਹਮੇਸ਼ਾ ਪਰਮਾਤਮਾ ਇਹਨਾਂ ਦੀ ਜ਼ਿੰਦਗੀ 'ਚ ਨਜ਼ਰ ਔਰ ਅੱਜ ਇਹ ਪੂਰਾ ਆਨੰਦ ਮਾਣਨਾ ਬਿਲਕੁਲ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਗੁਰਧਿਆਨ ਸਿੰਘ
ਗਾਣੇ ਵਾਲੇ ਪਾਸੇ ਥੋੜਾ ਬਹੁਤਾ ਕਲਚਰ? ਨਹੀਂ ਬਿਲਕੁਲ ਨਹੀਂ ਜੀ। ਓਕੇ ਜੀ ਓਕੇ। ਹਾਂ ਕਿੰਨੇ ਕੋਟ ਨੇ ਜੀ ਘਰੇ? ਕਿੰਨੇ? 7-8 ਆਏ ਨੇ। ਬਹੁਤ ਵਧੀਆ ਬਹੁਤ ਵਧੀਆ। ਭਾਵੇਂ ਸਰਦੀ ਹੋਏ ਭਾਵੇਂ ਗਰਮੀ ਆਪਾਂ ਪਾਉਣੀ ਪਾਉਣੀ ਨੇ। ਹਾਂ ਬਿਲਕੁਲ ਬਿਲਕੁਲ। ਤੇ ਬਾਬੇ ਤੁਹਾਨੂੰ ਤਰੱਕੀ ਦੇਣ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਜਤਿੰਦਰ ਦੇਵ। ਜਤਿੰਦਰ ਸਰ ਤੁਸੀਂ ਕਦੋਂ ਤੋਂ ਇਸ ਕਾਲਜ ਦੇ ਸੇਵਾ ਨਿਭਾ ਰਹੇ ਹੋ ਜੀ ਤੇ ਕਿਹੜਾ ਸਬਜੈਕਟ ਹੈ ਜੀ? 1994 ਤੋਂ ਆ। ਮੇਰਾ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਹੈ। ਓਕੇ ਜੀ। ਖੇਡਾਂ ਖੇਡਾਂ ਵਾਲਾ ਜੀ? ਹਾਂਜੀ। ਕਾਲਜ ਦਾ ਸਫ਼ਰ ਹੁਣ ਤੱਕ ਦਾ 94 ਤੋਂ ਤੁਸੀਂ ਕਹਿ ਰਹੇ ਹੋ? ਬਹੁਤ ਬਹੁਤ ਵਧੀਆ। ਓਕੇ ਜੀ। ਬਹੁਤ ਵਧੀਆ ਰਿਹਾ। ਠੀਕ ਹੈ ਜੀ। ਸਾਨੂੰ ਆਸ ਹੈ ਅੱਗੇ ਵੀ ਵਧੀਆ ਰਹੂਗਾ ਕਿਉਂਕਿ ਸਾਡੇ ਬੱਚੇ। ਸ਼ਮਸ਼ੇਰ ਸਰ ਨੇ ਸਾਨੂੰ ਕਲਚਰ ਦੀਆਂ ਅਚੀਵਮੈਂਟ ਦੱਸੀਆਂ ਸੀਗੀਆਂ। ਮੈਂ ਜ਼ਰੂਰ ਇਹ ਕਹੂੰਗਾ ਕਿ ਸਪੋਰਟਸ ਦੀਆਂ ਜਿਹੜੀਆਂ ਤੁਹਾਡੀਆਂ ਅਚੀਵਮੈਂਟ ਸੀਗੀਆਂ ਇਸ ਬਾਰੇ ਤੁਸੀਂ ਜਾਣੂ ਕਰਾਓ ਜੀ। ਸਪੋਰਟਸ ਦੇ ਵਿੱਚ ਸਾਡੇ ਪਲੇਅਰ ਇੰਟਰਨੈਸ਼ਨਲ ਲੈਵਲ 'ਤੇ ਵੀ ਜਾ ਚੁੱਕੇ ਨੇ। ਹਾਂਜੀ। ਇਹ ਸੈਫ ਗੇਮ ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ ਵੀ ਭਾਗ ਲਿਆ ਸਾਡੇ ਪਲੇਅਰਸ ਨੇ। ਸਾਡੇ ਕੋਲ ਬੋਕਸਿੰਗ ਦਾ ਸੈਂਟਰ ਚੱਲਦਾ ਹੈ, ਉਹਦੇ ਵਿੱਚ ਵੀ ਪ੍ਰੋਫੈਸ਼ਨਲ ਬੋਕਸਿੰਗ 'ਚ ਪਲੇਅਰ ਜਾਂਦੇ ਨੇ। ਬਹੁਤ ਵਧੀਆ ਬਹੁਤ ਵਧੀਆ ਟੀਮ ਹੈ ਜੀ। ਭਾਵੇਂ ਅਸੀਂ ਕਲਚਰ ਦੀ ਗੱਲ ਕਰੀਏ, ਭਾਵੇਂ ਤੁਹਾਡੇ ਖੇਤਰ ਦੀ ਸਪੋਰਟਸ ਦੀ ਗੱਲ ਕਰੀਏ, ਇੱਦਾਂ ਹੀ ਬੱਚੇ ਮੱਲਾ ਮਾਰਦੇ ਰਹਿਣ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਂ ਜੀ? ਰਣਦੀਪ ਕੌਰ। ਰਣਦੀਪ ਕੌਰ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਪੰਜਾਬੀ। ਪੰਜਾਬੀ ਵਾਲੇ ਮੈਡਮ? ਓਕੇ। ਤੁਸੀਂ ਕੋਈ ਗਾਣਾ ਕੋਈ ਟੱਪੇ ਜਦੋਂ ਪੜ੍ਹਦੇ ਹੁੰਦੇ ਸੀਗੇ ਜੀ? ਹਾਂਜੀ, ਮੇਰੀ ਸਟੱਡੀ ਵੀ ਇੱਥੇ ਹੈ ਔਰ ਮੈਂ ਟੀਚ ਵੀ। ਸੁਣਾਓ ਜੀ, ਕੁਝ ਵੀ ਸੁਣਾਓ। ਜਿੰਦ ਮਾਹੀ ਜੇ ਚੱਲਿਓ, ਜਿੰਦ ਮਾਹੀ ਜੇ ਚੱਲਿਓ, ਪਟਿਆਲੇ ਵੇ ਉੱਥੋਂ ਲਿਆਵੀ ਵੇ ਉੱਥੋਂ ਲਿਆਵੀ ਰੇਸ਼ਮੀ ਨਾਲੇ ਵੇ ਅੱਧੇ ਚਿੱਟੇ ਤੇ ਵੇ ਅੱਧੇ ਚਿੱਟੇ ਤੇ ਅੱਧੇ ਕਾਲੇ ਹੋ ਇੱਕ ਪਲ ਬਹਿ ਜਾਣਾ ਹੋ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੀ ਹੋਏ ਹੋ ਤੇਰੇ ਮਿੱਠੜੇ ਨੀ ਲੱਗਦੇ ਵੋ ਜੀ। ਬਹੁਤ ਵਧੀਆ ਬਹੁਤ ਵਧੀਆ। ਥੈਂਕ ਯੂ ਸੋ ਮਚ। ਫੈਕਲਟੀ ਮੈਂਬਰ ਸੀ ਜੇ ਗੱਲ ਕਰੀਏ, ਮੈਡਮਾਂ ਥੋੜ੍ਹੀ ਜਿਹੀ ਅੱਗੇ ਹੋ ਗਈਆਂ ਥੋੜ੍ਹੀ ਜਿਹੀਆਂ, ਪਰ ਸਾਡੇ ਵਿੱਚ ਸਰ ਨੇ ਉਹ ਵੀ ਬਹੁਤ ਸੋਹਣਾ ਗਾਉਂਦੇ ਨੇ। ਆਓ ਜੀ ਆਓ, ਅਸੀਂ ਬਰਾਬਰ ਕਰ ਦੇਣਾ ਜੀ ਕੰਮ, ਬਰਾਬਰ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 2 ਪੁਆਇੰਟਾਂ ਤੋਂ ਸਾਡੇ ਮੈਡਮ ਅੱਗੇ ਹੋ ਗਏ, ਆਪਾਂ ਥੋੜ੍ਹੇ ਕੰਮ ਬਰਾਬਰ ਕਰ ਦਈਏ। ਨਹੀਂ, ਅੱਗੇ ਚੰਗੇ ਨੇ ਜੀ, ਅਸੀਂ ਪਿੱਛੇ ਚੰਗੇ ਆ। ਹੁਣ ਤੁਹਾਡੀ ਵਾਰੀ। ਨਿੱਤ ਨਵੇਂ ਫੁੱਲਾਂ ਸੰਗ ਰਹਿਣਾ ਤਿੱਤਲੀਆਂ ਦੇਹ ਕੀ ਸ਼ੌਕ ਦਾ ਕਹਿਣਾ ਹੁਣ ਤਾਂ ਆਦਤ ਬਣ ਗਈ ਲੱਗਦੀ ਤਿੱਤਰ ਖੰਭੀਆਂ ਦੀ ਅੰਬ ਮੁੱਕ ਗਏ ਹਾਏ ਓਏ ਅੰਬ ਮੁੱਕ ਗਏ ਹਾਏ ਓਏ ਅੰਬ ਮੁੱਕ ਗਏ ਯਾਰਾਂ ਨੇ ਟੁੱਟ ਗਏ ਨੀ ਕੱਚੀ ਹਰੀ ਅੰਬੀਆਂ ਦੀ ਓਹੋ ਕੱਚੀ ਹਰੀ ਅੰਬੀਆਂ ਦੀ ਓਹੋ ਕੱਚੀ ਹਰੀ ਅੰਬੀਆਂ ਦੀ ਕਿਆ ਬਾਤ ਹੈ ਕਿਆ ਜ਼ੋਰਦਾਰ ਤਾੜੀਆਂ ਸਰ ਲਈ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ ਜੀ। ਸੋ ਫੈਕਲਟੀ ਨਾਲ ਗੱਲਬਾਤ ਕੀਤੀ ਜੀ, ਫੈਕਲਟੀ ਵੀ ਓਨੀ ਟੈਲੈਂਟਡ ਜਿੰਨੇ ਬੱਚੇ, ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਇਸ ਕਾਲਜ ਦਾ ਸ਼ਾਨਦਾਰ ਭੰਗੜਾ। ਮੁੱਛਾਂ ਕੁੰਡੀਆਂ ਕਰਕੇ ਠੇਕਣੀ ਵਾਲੇ ਪਾਏ ਨੇ ਕੱਠੇ ਹੋ ਸਭ ਯਾਰ ਝੁੰਡੀ ਦੇ ਮੇਲੇ ਆਏ ਨੇ ਲਗਾ ਢੋਲੀ ਨੇ ਲਾਇਆ ਸਾਰੇ ਨੱਚੀ ਜਾਂਦੇ ਆ ਰਵਨੀਤ ਵੱਲੋਂ। ਬਾਏ ਬਾਏ ਜੀ ਸਮਾਣੇ ਵਾਲਿਓ, ਤੁਹਾਨੂੰ ਬਹੁਤ ਸਾਰਾ ਪਿਆਰ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਸ਼ੋਅਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਤੁਹਾਨੂੰ ਮਿਲ ਸਕਣ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ।